ਵਾਹਿਗੁਰੂ ਜੀ ਮਾਲਾ ਮਹਿਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰੈ ਲਾਵੈ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੈ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰੈ ਲਾਵੈ ਹਤ ਗੁਰ ਹਰ ਹਰ ਨਾਮ ਧੇਰ ੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੌਜਲ ਜਗਤ ਤਰਾਵੇ ਰਹਾ ਜੋ ਗੁਰ ਕਉ ਜਨ ਪੂਜੈ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤਗੁਰ ਪੂਜੋ ਕਰ ਕਿਰਪਾ ਆਪ ਤਰਾਵੈ ਭਰਮ ਭੂਲੇ ਅਗਿਆਨੀ ਅੰਧਲੇ ਪ੍ਰੰਪ੍ਰੰ ਫੂਲ ਤੋਰਾਵੈ ਨਿਰਜੀਉ ਪੂਜੈ ਮੜਾਸ ਰੇਵੈ ਸਭ ਵਿਰਤੀ ਕਾਲ ਗਵਾਵੈ ਬ੍ਰਹਮ ਬਿੰਦੇ ਸੋ ਸਾਧ ਗੁਰ ਕਹੀਐ ਹਰ ਹਰ ਕਥਾ ਸੁਣਾਵੈ ਤਿਸ ਗੁਰ ਕੋ ਸਾਧਨ ਭੋਜਨ ਬਵ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸੁ ਪੁਨ ਕੀ ਫਿਰ ਤੋਟ ਨ ਆਵੈ ਸਤਿਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੈ ਸਤਿਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰਸ਼ਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ ਸਰਬ ਕਲਾ ਸਮਰਤ ਸਨਿਸ਼ੇਰਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਅਮਰਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰਬਾਣੀ ਦਾ ਕੀਰਤਨ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸਰਵਣ ਕਰ ਰਹੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ ਉਸ ਦੇ ਨਾਲ ਸੰਬੰਧਿਤ ਧੰ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਪਾਵਨ ਬਚਨ ਮਲਾਹਰ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੀ ਸੀ ਗੁਰੂ ਸਾਹਿਬ ਜੀ ਨੇ ਨਰੋਲ ਮਨੁੱਖ ਨੂੰ ਪ੍ਰਮਾਤਮਾ ਦੇ ਪਿਆਰ ਵਿੱਚ ਜੋੜਿਆ ਗੁਰਬਾਣੀ ਜ ਸਤਗੁਰ ਸਚਿਪਾਤ ਸਾ ਜੀ ਨੇ ਦੋ ਮੁੱਖ ਕਾਰਜੋ ਕੀਤੇ ਹੈ ਇल्ली ਗੱਲ ਹੈ ਕਿ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜਨਾ ਦੂਜੀ ਗੱਲ ਮਨੁੱਖ ਨੂੰ ਮਨੁੱਖ ਦੇ ਨਾਲ ਜੋੜਨਾ ਹੈ ਮਨੁੱਖੀ ਸਮਾਜ ਵਿੱਚ ਏਕਤਾ ਬਰਾਬਰੀਤਾ ਪੈਦਾ ਕਰਨੀ ਧਰਮ ਦੇ ਨਾਂ ਤੇ ਅਨੇਕ ਤਰ੍ਹਾਂ ਦੇ ਵਿਚਾਰ ਸੰਸਾਰ ਵਿੱਚ ਪ੍ਰਚਲਿਤ ਨੇ ਕੋਈ ਰੱਬ ਨੂੰ ਮੂਰਤਾਂ ਦੇ ਵਿੱਚੋਂ ਦੇਖਣਾ ਚਾਹੁੰਦਾ ਹੈ ਕੋਈ ਰੱਬ ਦੀ ਪੂਜਾ ਪਥਰਾਂ ਦੇ ਵਿੱਚ ਕਰ ਰਿਹਾ ਹੈ ਉਪਸ਼ਮਨ ਨੂੰ ਰੱਬ ਸਮਝ ਕੇ ਮੱਥੇ ਟੇਕੀ ਚੱਲਿਆ ਜਾਂਦਾ ਹੈ ਇੱਕ ਨੂੰ ਗੁਰਮਤਿ ਨੇ ਨਰੋਲ ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ ਚ ਪ੍ਰਭੂ ਦੇ ਪਿਆਰ ਜੋੜਿਆ ਗੁਰਬਾਣੀ ਕਿੰਨੀ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਮਾ ਕੇਵਲ ਇੱਕ ਪਰਮਾਤਮਾ ਦਾ ਸਿਮਰਨ ਕਰੋ ਪਰਮਾਤਮਾ ਤੋਂ ਬਿਨਾ ਹਰ ਸਭ ਕੁਝ ਅਕਾਰਥ ਹੈ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਕਿ ਬੰਦਨਾ ਹਰ ਬੰਦਨਾ ਗੁਣ ਗਾਵੋ गोपाल राय वंदना करनी केवल परमात्मा ਨੂੰ ਕਰੋ ਗੁਰਬਾਣੀ ਦੀ ਅਰਮਤਾ ਇੱਕ ਓ ਔੰਕਾਰ ਤੋਂ ਸ਼ੁਰੂ ਹੁੰਦੀ ਹੈ ਉਹ ਪਰਮਾਤਮਾ ਜੋ ਕੇਵਲ ਇੱਕ ਹੈ ਉਹਦੇ ਪਿਆਰ ਵਿੱਚ ਗੁਰਬਾਣੀ ਨੇ ਵਾਰ-ਵਾਰ ਜੋੜਿਆ ਅੱਜ ਦਾ ਜੋ ਪਵਿੱਤਰ ਮੁਖਵਾਕ ਹੈ ਸਤਿਗੁਰੂ ਜੀ ਦਾ ਗੁਰਦੇਵ ਕਹਿੰਦੇ ਕਿ ਭਾਈ ਕੇਵਲ ਪਰਮਾਤਮਾ ਦੇ ਪਿਆਰ ਜੁੜੋ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੇ ਲਈ ਜੁਗਤ ਇਹ ਹੈ ਕਿ ਗੁਰੂ ਕੇ ਉਪਦੇਸ਼ ਰਹੀਓ ਦਸਯ ਮੰਨ ਕਰੋ ਸੁਮਚਾ ਮੁਖਵਾਕ ਆਪਾਂ ਪੜਾਂਗੇ ਜਿੱਥੇ ਪਰਮਾਤਮਾ ਦੇ ਪਿਆਰ ਚ ਜੁੜਨ ਦੀ ਗੱਲ ਕੀ ਉਥੇ ਸਤਗੁਰੂ ਜੀ ਨੇ ਗੁਰੂ ਕੇ ਗਿਆਨ ਦੀ ਗੱਲ ਕੀਤੀ ਹੈ ਸਤਗੁਰੂ ਜੀ ਦੀ ਵਡਿਆਈ ਹੈ ਕਿ ਸਤਗੁਰੂ ਜੀ ਆਪਣੇ ਦਰ ਆਏ ਹੋਏ ਪ੍ਰਾਣੀ ਨੂੰ ਕੇਵਲ ਆਪਣੇ ਨਾਲ ਨਹੀਂ ਜੋੜਦੇ ਕਿਤੇ ਵੀ ਗੁਰੂ ਸਾਹਿਬਾਂ ਨੇ ਨਹੀਂ ਕਿਹਾ ਕਿ ਸਾਨੂੰ ਤੁਸੀਂ ਪੁੱਜੋ ਜਾਂ ਸਾਡਾ ਨਾਮ ਜਪੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਜਸ ਮੁੱਛੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲੋਲ ਇੱਕ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੋੜਦੀ ਹੈ ਪਰ ਸਤਗੁਰੂ ਜੀ ਕਹਿੰਦੇ ਕਿ ਪਰਮਾਤਮਾ ਦੇ ਪਿਆਰ ਜੁੜਨ ਦਾ ਤਰੀਕਾ ਹੈ ਗੁਰੂ ਕੀ ਹਜ਼ੂਰੀ ਗੁਰੂ ਦਾ ਗਿਆਨ ਜੋ ਵੀ ਵਿਅਕਤੀ ਗੁਰੂ ਰਾਈ ਪਰਮਾਤਮਾ ਦੇ ਪਿਆਰ ਜੁੜਦਾ ਹੈ ਸਤਗੁਰੂ ਜੀ ਕਹਿੰਦੇ ਉਹ ਵੱਡੇ ਭਾਗਾਂ ਵਾਲਾ ਹੈ ਗੁਰੂ ਰਾਮਦਾਸ ਜੀ ਮਹਾਰਾ ਜੀ ਨੇ ਜੋ ਕਿਰਪਾ ਇਸ ਮੁਖਵਾ ਕਰਾਈ ਸਾਡੇ ਤੇ ਕੀਤੀ ਹੈ ਮਿਲ ਕੇ ਆਪਾਂ ਇਸ ਮੁਖਵਾਕ ਮੁਖਵਾਕ ਦੀ ਵਿਚਾਰ ਸਾਂਝੀ ਕਰੀਏ ਸਤਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਮਲਾਰ ਮਹਿਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰਕਾਰ ਲਿਖਾਵੇ ਸਤਗੁਰੂ ਜੀ ਦਾ ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1263 ਅਤੇ 64 ਅੰਗ ਇਸ ਬਹਾਇਮਾਨ ਹੈ। ਰਹਾਉ ਵਾਲੀਆਂ ਪੰਕਤੀਆਂ ਵਿੱਚ ਸਤਗੁਰੂ ਜੀ ਨੇ ਬਚਨ ਕੀ ਕਿ ਸਤਗੁਰ ਹਰ ਹਰ ਨਾਮ ਦੇ ਰੜਾਵੇ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉਜਲ ਜਗਤ ਤਰਾਵੇ। ਹਰ ਕੋਈ ਮਨੁੱਖ ਉਹ ਸਾਗਰ ਤੋਂ ਪਾਰ ਉਤਰਨ ਦੇ ਲਈ ਚਿੰਤਤ ਹੈ। ਇਹ ਗੱਲ ਵੱਖਰੀ ਹੈ ਭੌਸਾਗਰ ਕੀ ਹੈ ਇਹ ਮਨੁੱਖ ਦੇ ਕੋਲ ਗਿਆਨ ਘਟ ਹੈ ਜਿਆਦਾਤਰ ਧਾਰਮਿਕ ਲੋਕਾਂ ਨੇ ਇਸ ਜ਼ਿੰਦਗੀ ਤੋਂ ਬਾਅਦ ਕਿਸੇ ਭੌਸਾਗਰ ਦੀ ਗੱਲ ਕੀਤੀ ਹੈ ਕਹਿੰਦੇ ਜੇ ਉਸ ਭੌਸਾਗਰ ਨੂੰ ਤਰਨਾ ਹੈ ਇੱਥੇ ਤੀਰਥਾਂ ਦਾ ਇਸ਼ਨਾਨ ਕਰੋ ਇੱਥੇ ਦਾਨ ਕਰੋ ਪੁੰਨ ਕਰੋ ਹੋਰ ਧਾਰਮਿਕ ਕਰਮ ਕਰੋ ਲੇਕਿਨ ਮਰਨ ਤੋਂ ਬਾਅਦ ਉਹ ਭੌਸਾਗਰ ਦੀ ਗੱਲ ਕਰਦੇ ਨੇ ਮਾਰਨ ਤੋਂ ਬਾਅਦ ਕੀ ਹੈ ਇਹ ਤੇ ਵਾਹਿਗੁਰੂ ਜੀ ਜਾਣਦੇ ਨੇ ਪਰ ਗੁਰਬਾਣੀ ਕਹਿੰਦੀ ਇਹ ਦੁਨੀਆ ਹੀ ਇੱਕ ਪੌਜਲ ਹੈ ਗੁਰਬਾਣੀ ਚ ਵਾਰ-ਵਾਰ ਸਤਗੁਰੂ ਜੀ ਨੇ ਇਸ ਸੰਸਾਰ ਸਮੁੰਦਰ ਦੀ ਗੱਲ ਕੀਤੀ ਹੈ ਬਾਬਾ ਨਾਮਦੇਵ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੂਬੇ ਕੇਸਵਾ ਭਗਤ ਜੀ ਕਹਿੰਦੇ ਕਿ ਇਸ ਦੁਨੀਆ ਦੇ ਵਿੱਚ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਨੇ ਵਿਕਾਰਾਂ ਦੀਆਂ ਚਖੜ ਚੱਲ ਰਹੇ ਨੇ ਮੋਹ ਮਾਇਆ ਦੀਆਂ ਹਨੇਰੀਆਂ ਚੱਲ ਰਹੀਆਂ ਨੇ ਇਸ ਭਉ ਸਾਗਰ ਚੋਂ ਇਹ ਵਾਹਿਗੁਰੂ ਜੀ ਸਾਨੂੰ ਕਿਰਪਾ ਕਰਕੇ ਬਾਹਰ ਕੱਢ ਲੈ ਸਾਡੀ ਸੁਰਤ ਇੱਥੇ ਜਿਹੜੀ ਹੈ ਨਾ ਇਹਨਾਂ ਵਿਕਾਰਾਂ ਚ ਘਿਰੀ ਹੋਈ ਤੇ ਸਤਗੁਰੂ ਜੀ ਕਹਿੰਦੇ ਜੇ ਇਸ ਭਉ ਸਾਗਰ ਤੋਂ ਪਾਰ ਨਿਕਲਣਾ ਹੈ ਫਿਰ ਗੁਰੂ ਕੋ ਲਾਓ ਗੁਰੂ ਨਰੋਜ ਤੁਹਾਨੂੰ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਦਾ ਨਾਮ ਦਿਲ ਕਰਾਏਗਾ ਗੁਰੂ ਪਰਮਾਤਮਾ ਦੀ ਮੂਰਤ ਹੈ ਜਿਹੜਾ ਗੁਰੂ ਦੀ ਪੂਜਾ ਕਰਦਾ ਹੈ ਪੌਜਲ ਪਾਰ ਤਰਾਵੇ ਗੁਰੂ ਉਹਨੂੰ ਪੌ ਸਾਗਰ ਤੋਂ ਪਾਰ ਕਰ ਦਿੰਦਾ ਹੈ ਸ਼ਿਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਅਸੀਂ ਪੜਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤ੍ਰਿਕ ਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅੱਗੇ ਬਚਨ ਨੇ ਕਿ ਸਰਨ ਜਾਮ ਲਾਗ ਪਵਜਲ ਤਰਨ ਕੈ ਬੰਦਿਆ ਕੋ ਪੌ ਸਾਗਰ ਨੂੰ ਪਾਰ ਕਰਨ ਦੇ ਆਹਰ ਵਿੱਚ ਲਗ ਬਾਬ ਇਹਨਾਂ ਚਿੰਤਾਵਾਂ ਤੋਂ ਡਰ ਤੋਂ ਵਿਕਾਰਾਂ ਤੋਂ ਮੁਕਤ ਹੋਣ ਦੇ ਆਹਰ ਵਿੱਚ ਕੁਝ ਲੱਗੇ ਸਾਡੀ ਸੁਰਤ ਇਹਨਾਂ ਵਿਕਾਰਾਂ ਚਿੰਤਾਵਾਂ ਤੋਂ ਮੁਕਤ ਕਿਵੇਂ ਹੋਏ ਤੇ ਉਹਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਨਿਰੋਲ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਨਾਮ ਨਾਲ ਜੁੜਨੀ ਗੱਲ ਕਹੀ ਜਿਉਂ-ਜਿਉਂ ਸੁਰਤ ਨਾਮ ਨਾਲ ਜੁੜੇਗੀ ਤਿਉਂ ਤੋਂ ਉੱਚੀ ਉੱਠੇਗੀ ਜਿਉਂ-ਜਿਉਂ ਸੁਰਤ ਵਿੱਚ ਰੱਬੀ ਗੁਣ ਵੱਸਣਗੇ ਤਿਉਂ ਤੋਂ ਔਗਣ ਮਿਟਦੇ ਚਲੇ ਜਾਣਗੇ ਇਸ ਕਰਕੇ ਸਤਿਗੁਰੂ ਜੀ ਕਿੰਨੇ ਪਾਈ ਗੁਰੂ ਕੋੜਾਉਗੇ ਗੁਰੂ ਤੁਹਾਨੂੰ ਕੇਵਲ ਨਾਮ ਦਰੜ ਕਰਾਏਗਾ। ਜਿਆਦਾਤਰ ਅਸੀਂ ਸਰਦਾ ਬਸ ਜਿਵੇਂ ਹੋਰ ਲੋਕ ਜਾਂਦੇ ਨੇ ਹੋਰ ਨਾ ਥਾਵਾਂ ਤੇ ਸੰਸਾਰਿਕ ਲੋੜਾਂ ਦੇ ਲਈ ਅਸੀਂ ਗੁਰੂ ਘਰ ਆਉਨੇ ਆਉਣਾ ਚਾਹੀਦਾ ਹੈ ਗੁਰੂ ਘਰ ਆਉਣ ਤੋਂ ਬਿਨਾ ਸਾਡਾ ਆਸਰਾ ਵੀ ਕੋਈ ਨਹੀਂ ਹੈ। ਪਰ ਕੇਵਲ ਸੰਸਾਰਿਕ ਲੋੜਾਂ ਦੀ ਹੀ ਗੱਲ ਨਹੀਂ ਹੈ ਸਭ ਤੋਂ ਵੱਡੀ ਲੋੜ ਹੈ ਸਾਡੀ ਜ਼ਿੰਦਗੀ ਚ ਪ੍ਰਮਾਤਮਾ ਦੇ ਨਾਲ ਸਾਥ ਬਣੇ। ਸਾਨੂੰ ਜ਼ਿੰਦਗੀ ਦਾ ਗਿਆਨ ਮਿਲੇ। ਜੇ ਕੇਵਲ ਸੰਸਾਰਕ ਪਦਾਰਥਾਂ ਤੱਕ ਹੀ ਅਸੀਂ ਇਹ ਸੀਮਤ ਗੱਲ ਰੱਖ ਲਈ ਫਿਰ ਕੋਈ ਕਬਰਾਂ ਤੇ ਜਾ ਕੇ ਪਦਾਰਥ ਮੰਗਦਾ ਹੈ ਕੋਈ ਮੂਰਤੀਆਂ ਅੱਗੇ ਹੱਥ ਜੋੜੀ ਬੈਠਾ ਹੈ ਕੋਈ ਬੰਦਿਆਂ ਅੱਗੇ ਹੱਥ ਜੋੜੀ ਬੈਠਾ ਹੈ ਕੋਈ ਇੱਥੇ ਆ ਕੇ ਵੀ ਕੇਵਲ ਇੱਥੋਂ ਤੱਕ ਹੀ ਸੀਮਤ ਰਿਹਾ ਤਾਂ ਫਿਰ ਸਾਡੇ ਚ ਵਡਿਆਈ ਕੀ ਹੋਈ ਸਾਡੀ ਵਿਲੱਖਣਤਾ ਕੀ ਹੋਈ ਗੁਰੂ ਦੇ ਕੋਲ ਆ ਕੇ ਸਾਨੂੰ ਵਾਹਿਗੁਰੂ ਜੀ ਦੇ ਨਾਮ ਦੀ ਦਾਤ ਮਿਲਦੀ ਜੋ ਮੂਰਤਾਂ ਤੋਂ ਨਹੀਂ ਮਿਲ ਸਕਦੀ ਕਬਰਾਂ ਤੋਂ ਨਹੀਂ ਮਿਲ ਸਕਦੀ ਕਿਤੇਉਂ ਨਹੀਂ ਮਿਲ ਸਕਦੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਗੁਰੂ ਕੇਵਲ ਨਾਮ ਦ੍ਰਿੜ ਕਰਾਉਂਦਾ ਹੈ ਜਿਹੜਾ ਗੁਰੂ ਦੇ ਦਰ ਤੇ ਆ ਕੇ ਨਾਮ ਨਾਲ ਜੁੜਦਾ ਹੈ ਗੁਰੂ ਉਹਨਾਂ ਭੌਸਾਗਰ ਤੋਂ ਪਾਰ ਕਰਾ ਦਿੰਦਾ ਹੈ ਸਤਿਗੁਰੂ ਜੀ ਨੇ ਆਰੰਭ ਤੋਂ ਬਚਨ ਕਹੇ ਨੇ ਕਿ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਜਿਨੇ ਜੀਵ ਵਾਹਿਗੁਰੂ ਜੀ ਨੇ ਪੈਦਾ ਕੀਤੇ ਨੇ ਹਰ ਮਨੁੱਖ ਦੇ ਮੱਥੇ ਦੇ ਉੱਪਰ ਲੀਕ ਇਵੇਂ ਕਹ ਲੋ ਲੇਖ ਲਿਖੇ ਹੋਏ ਨੇ ਘਾਰ ਦੇ ਕੰਮ ਦੇ ਜਿੰਨੀ ਦੁਨੀਆ ਹੈ ਨਾ ਗੁਰੂ ਦਾ ਇੱਕ ਬਚਨ ਹੈ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੀਟ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵਡੋ ਵਡਾ ਵੱਡ ਮੇਦਨੀ ਸਿਰਹ ਸਿਰ ਧੰਦੇ ਲਾਏਂਦਾ ਹਰ ਮਨੁੱਖ ਨੂੰ ਵਾਹਿਗੁਰੂ ਜੀ ਨੇ ਥਾਂ ਸਿਰ ਧੰਦਿਆਂ ਤੇ ਲਗਾਇਆ ਹੋਇਆ ਜਿੱਥੇ ਵੀ ਕੋ ਲੱਗਾ ਇਹ ਵਾਹਿਗੁਰੂ ਜੀ ਦਾ ਲਗਾਇਆ ਹੋਇਆ ਹੈ ਕੋਈ ਰਾਜਨੀਤੀ ਤੁਰ ਰਿਹਾ ਹੈ ਕੋਈ ਸਮਾਜਿਕ ਕੰਮਾਂ 'ਚ ਲੱਗਾ ਹੋਇਆ ਹੈ ਕੋਈ ਧਰਮ ਦੀ ਦੁਨੀਆ 'ਚ ਦੌੜਾ ਫੱਜਾ ਫਿਰਦਾ ਹੈ ਆਪੋ ਆਪਣੇ ਤਰੀਕੇ ਨਾਲ ਹਰ ਕੋ ਪ੍ਰਾਣੀ ਕੋਈ ਨਾ ਕੋ ਕੰਮ ਕਰ ਰਿਹਾ ਹੈ ਨਾ ਸਤਗੁਰੂ ਜੀ ਕਹਿੰਦੇ ਜਿੰਨੇ ਜੀਵ ਜੰਤ ਨੇ ਸਾਰਿਆਂ ਦੇ ਸਿਰ ਤੇ ਰੱਬ ਨੇ ਲੇਖ ਲਿਖ ਦਿੱਤੇ ਕੰਮ ਕਰਨ ਦੇ ਲੇਖ ਲਿਖ ਦਿੱਤੇ ਨੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰ ਐ ਲਾਵੇ ਕਿ ਪਰਮਾਤਮਾ ਨੇ ਆਪਣੇ ਪਿਆਰਿਆਂ ਨੂੰ ਇਹ ਵਿਡਿਆਈ ਦਿੱਤੀ ਹੈ ਕਿ ਉਹਨਾਂ ਨੂੰ ਆਪਣੇ ਕੰਮ ਚ ਲਗਾਇਆ ਹੋਇਆ ਹੈ। ਉਹਨਾਂ ਨੂੰ ਆਪਣੇ ਨਾਮ ਨਾਲ ਜੋੜਿਆ ਹੈ ਤੇ ਉਹ ਮਨੁੱਖਤਾ ਨੂੰ ਨਾਮ ਦੇ ਨਾਲ ਜੋੜਦੇ ਨੇ। ਜਿੱਥੇ ਵੀ ਵਾਹਿਗੁਰੂ ਜੀ ਨੇ ਕਿਸੇ ਮਨੁੱਖ ਨੂੰ ਟਿਕਾਇਆ ਹੋਇਆ ਹੈ ਬੜੀ-ਬੜੀ ਜ਼ਿੰਮੇ ਹੈ ਜ਼ਿੰਮੇਵਾਰੀ ਹਰ ਪ੍ਰਾਣੀ ਦੀ ਭਾਵੇਂ ਉਹ ਸੰਸਾਰਕ, ਰਾਜਨੀਤਿਕ ਜਾਂ ਧਾਰਮਿਕ ਦੁਨੀਆ 'ਚ ਕੋਈ ਜ਼ਿੰਮੇਵਾਰੀ ਨਿਭਾ ਰਹੇ। ਗੁਰਬਾਨੀ ਕਹਿੰਦੀ ਜਿੱਥੇ ਵੀ ਅਸੀਂ ਹਾਂ ਉੱਥੇ ਸਾਨੂੰ ਆਪਣਾ ਕੰਮ ਜਿਹੜਾ ਹੈ ਨਾ ਉਹ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਲਗਨ ਦੇ ਨਾਲ ਕਰਨਾ ਚਾਹੀਦਾ ਹੈ ਕੋਈ ਵੀ ਕੰਮ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਹੀ ਹੈ ਕੰਮ ਕੋਈ ਵੀ ਮਾੜਾ ਨਹੀਂ ਹੈ ਪਰ ਜਦੋਂ ਕੰਮ ਨੂੰ ਅਸੀਂ ਇਮਾਨਦਾਰੀ ਨਾਲ ਕਰਾਂਗੇ ਉਹ ਕੰਮ ਹੀ ਸਾਡੀ ਜ਼ਿੰਦਗੀ 'ਚ ਖੁਸ਼ੀ ਦਾ ਕਾਰਨ ਬਣ ਜਾਏਗਾ ਕੋਈ ਕੰਮ ਦੁੱਖਾਂ ਦਾ ਕਾਰਨ ਨਹੀਂ ਹੈ ਇਸ ਕਰਕੇ 사ਦਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਨੇ ਜੀਵ ਜੰਤ ਰੱਬ ਨੇ ਬਣਾਏ ਸਾਰਿਆਂ ਦੇ ਸਿਰ ਤੇ ਲੇਖ ਲਿਖੇ ਨੇ ਕੰਮ ਕਰਨ ਦੇ ਰੱਬ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਨੇ ਇਹ ਵਡਿਆਈ ਦਿੱਤੀ ਹੈ ਕਿ ਉਹਨਾਂ ਨੂੰ ਆਪਣੇ ਕੰਮ 'ਚ ਲਗਾਇਆ ਹੋਇਆ ਉਹਨਾਂ ਦੀ ਡਿਊਟੀ ਹੈ ਮਾਨਵਤਾ ਨੂੰ ਪਰਮਾਤਮਾ ਦੇ ਪਿਆਰ ਜੋੜਨਾ ਉਹਨਾਂ ਦੀ ਡਿਊਟੀ ਹੈ ਸੰਸਾਰ ਵਿੱਚ ਧਰਮ ਦੀ ਗੱਲ ਕਰਨਾ ਸਦਗੋ ਰਹਾ ਰਹਾ ਨਾਮ ਦਿਰੜਾਵੇ ਭਈ ਗੁਰੂ ਦੀ ਡਿਊਟੀ ਹੈ ਕਿ ਗੁਰੂ ਨਾਮ ਦਿਰੜ ਕਰਾਉਂਦਾ ਹੈ ਗੁਰੂ ਨੂੰ ਵਾਹਿਗੁਰੂ ਜੀ ਨੇ ਧਰਤੀ ਤੇ ਭੇਜਿਆ ਹੀ ਇਸ ਕਰਕੇ ਆ ਗੁਰੂ ਦਾ ਇੱਕ ਫਰਜ ਹੈ ਕਿ ਜਿਹੜੀ ਦੁਨੀਆ ਜੋ ਮਾਨਵਤਾ ਪਰਮਾਤਮਾ ਨਾਲੋਂ ਟੁੱਟੀ ਹੈ ਉਹਨਾਂ ਨੂੰ ਪਰਮਾਤਮਾ ਦੀ ਪਿਆਰ ਜੋੜਨਾ ਸਤਗੁਰੂ ਜੀ ਦਾ ਇੱਕ ਪਵਿੱਤਰ ਬਚਨ ਆਪਾਂ ਪੜ੍ਹਦੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ ਗੁਰੂ ਜਿਹੜਾ ਨਾ ਦਰਗਾਹ ਦਾ ਵਿਚੋਲਾ ਹੈ ਵਕੀਲ ਹੈ ਜਿਹੜੇ ਪਰਮਾਤਮਾ ਨਾਲੋਂ ਟੁੱਟ ਗਏ ਉਹਨਾਂ ਨੂੰ ਪਰਮਾਤਮਾ ਨਾਲ ਜੋੜਨਾ ਇਹ ਗੁਰੂ ਦੀ ਡਿਊਟੀ ਹੈ ਇਸ ਕਰਕੇ ਭਾਈ ਜਿਹੜਾ ਗੁਰੂ ਕੋਲ ਆਏਗਾ ਗੁਰੂ ਤੇ ਉਹਨੂੰ ਨਾਮ ਦਿਲ ਕਰਾਏਗਾ ਔਰ ਭਾਗਾਂ ਵਾਲੇ ਗੁਰੂ ਦੇ ਦਰ ਤੋਂ ਨਾਮ ਦੀ ਦਾਤ ਲੈ ਲੈਂਦੇ ਨੇ ਸਾਬ ਜੀ ਕਹਿੰਦੇ ਨੇ ਕਿ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਪੌਜਲ ਜਗਤ ਤਰਾਵੇ ਭਾਈ ਗੁਰੂ ਕੇ ਸਿੱਖੋ ਗੁਰੂ ਦੇ ਕੋਲ ਆ ਕੇ ਗੁਰੂ ਦੇ ਉਪਦੇਸ਼ ਰਹੀਂ ਹਰ ਬੋਲੋ ਹਰੀ ਦਾ ਸਿਮਰਨ ਕਰੋ ਪ੍ਰਮਾਤਮਾ ਦਾ ਸਿਮਰਨ ਕਰੋ ਜੇ ਗੁਰੂ ਕੇ ਉਪਦੇਸ਼ ਰਾਈ ਪ੍ਰਮਾਤਮਾ ਦਾ ਸਿਮਰਨ ਕਰੋਗੇ ਪ੍ਰਮਾਤਮਾ ਤੁਹਾਨੂੰ ਭੌਜਲ ਤੋਂ ਪਾਰ ਕਰ ਦੇਵੇਗਾ ਭੌਜਲ ਤੋਂ ਪਾਰ ਪ੍ਰਮਾਤਮਾ ਨਹੀਂ ਕਰਨੇ ਗੁਰੂ ਸਾਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਤੇ ਪ੍ਰਮਾਤਮਾ ਦਾ ਨਾਮ ਸਾਨੂੰ ਭੌ ਸਾਗਰ ਤੋਂ ਪਾਰ ਕਰ ਦਿੰਦਾ ਪ੍ਰਮਾਤਮਾ ਦਾ ਨਾਮ ਸਾਡੇ ਲਈ ਜ਼ਿੰਦਗੀ ਚ ਇਵੇਂ ਮਦਦਗਾਰ ਹੈ ਗੁਰਬਾਣੀ ਕਹਿੰਦੀ ਜਿਵੇਂ ਬੂਢਤ ਕੋ ਜੈਸੇ 베ੜੀ ਮਿਲਤ ਬੂਝਤ ਦੀਵਕ ਮਿਲਤ ਤਿਲਤ ਜਲ ਤੱਕ ਦੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਗਰਨ ਮੁਖਰੀ ਸਰਬ ਤਰਾਸ ਸੁਆ ਪਿੰਜਰਨੀ ਖਾਏ ਬिलास ਜੈਸੇ ਆਨੋ ਦਾਨੋ ਚੱਕੀ ਦਰਾਹੇ ਜੈਸੇ ਆਂਡੋ ਹਿਰਦੇ ਮਾਹੀਂ ਗੁਰਦੇਵ ਨੇ ਬੇਅੰਤ ਵਡਿਆਈਆਂ ਨਾਮ ਦੀਆਂ ਦੱਸਦੀਆਂ ਕਿ ਹੈ ਕਿ ਨਾਮ ਨਾਲ ਸਾਡੀ ਸੁਰਤ ਜੁੜ ਜਾਏ ਨਾ ਤੇ ਜਿਵੇਂ ਕਿਸੇ ਡੁੱਬਦੇ ਨੂੰ ਬੇੜੀ ਮਿਲ ਜਾਏ ਨਾ ਉਹ ਪਾਰ ਨਿਕਲ ਜਾਂਦਾ ਹੈ ਇਵੇਂ ਸਾਡੀ ਸੁਰਤ ਜਿਹੜੀ ਔਗਣਾ ਬਰਾਈਆਂ ਦੇ ਵਿੱਚ ਡੁੱਬੀ ਰਹਿੰਦੀ ਐ ਖਚਤ ਰਹਿੰਦੀ ਐ ਜਦੋਂ ਨਾਮ ਨਾਲ ਜੁੜੇਗੀ ਇਹ ਬਰਾਈਆਂ ਤੋਂ ਮੁਕਤ ਹੋ ਜਾਏਗੀ ਸਤਗੁਰੂ ਜੀ ਕਹਿੰਦੇ ਨੇ ਕਿ ਨਾਮ ਨਾਲ ਜੁੜਨ ਦਾ ਇਹ ਲਾਭ ਐ ਜਿਵੇਂ ਦੀਵਾ ਜਗਦਾ ਤੇਲ ਮੁੱਕ ਗਿਆ ਬੁਝ ਰਿਹਾ ਹੋਏ ਉਹਦੇ ਵਿੱਚ ਤੇਲ ਪਾ ਦਿਓ ਤੇ ਫਿਰ ਉਹਦੀ ਜੋਤ ਜਿਹੜੀ ਐ ਐ ਲਟ-ਲਟ ਕਰਕੇ ਬਰਨੀ ਸ਼ੁਰੂ ਕਰ ਦਿੰਦੀ ਐ ਜ਼ਿੰਦਗੀ 'ਚ ਅਸੀਂ ਅੰਦਰੋਂ ਉਦਾਸ ਆ ਗਮਗੀਨ ਆ ਲੇਕਿਨ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਜ਼ਿੰਦਗੀ ਦਾ ਚਾਹ ਪੈਦਾ ਹੋ ਜਾਂਦਾ ਹੈ। ਗੁਰਦੇਵ ਜੀ ਕਹਿੰਦੇ ਨੇ ਜਿਵੇਂ ਦਾਣੇ ਚੱਕੀ ਦੀ ਕਿੱਲੀ ਦੇ ਨਾਲ ਜੁੜੇ ਰਹਿਣ ਤੇ ਉਹ ਪਿਸਦੇ ਨਹੀਂ ਬਚ ਜਾਂਦੇ ਨੇ। ਤਵੇਂ ਜਿਹੜੇ ਵਾਹਿਗੁਰੂ ਜੀ ਦੇ ਵਿੱਚ ਸੁਰਤ ਜੋੜੀ ਰੱਖਣਗੇ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਣਗੇ। ਦੁੱਖਾਂ ਦੀ ਚੱਕੀ ਚੋਂ ਪਿਸਣਗੇ ਨਹੀਂ। ਗੁਰਦੇਵ ਜੀ ਕਹਿੰਦੇ ਜਿਵੇਂ ਆਂਡਾ ਹੁੰਦਾ ਹੈ ਨਾ ਜਿੰਨਾ ਚਿਰ ਮੁਰਗੀ ਦੇ ਅੰਦਰ ਹੈ ਉਹਨੂੰ ਕੋਈ ਖਤਰਾ ਨਹੀਂ ਹੈ। ਜਦੋਂ ਬਾਹਰ ਆਇਆ ਉਨੂੰ ਖਤਰਾ ਹੀ ਖਤਰਾ ਹੈ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹੇਗਾ ਉਹਨੂੰ ਕੋਈ ਖਤਰਾ ਨਹੀਂ ਗੁਰਬਾਣੀ ਕਹਿੰਦੀ ਤਾਤੀ ਵਾਉਣ ਲੱਗੀ ਪਾਰ ਮੈਂ ਸਰਨਾਹੀ ਚੋ ਗਿਰਧ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਭਾਈ ਵਾਹਿਗੁਰੂ ਜੀ ਦੇ ਨਾਮ ਨਾਲ ਗੁਰੂ ਕੋਲ ਆ ਕੇ ਜੁੜੋਗੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਇਹ ਗੁਰੂ ਕੇ ਸਿੱਖੋ ਮੇਰੇ ਭਰਾਵੋ ਗੁਰੂ ਰਾਈ ਕੇਵਲ ਪ੍ਰਮਾਤਮਾ ਦਾ ਸਿਮਰਨ ਕਰੋ ਗੁਰੂ ਕੋਲ ਆਇਓ ਕੇਵਲ ਪ੍ਰਮਾਤਮਾ ਦੇ ਪਿਆਰ ਜੁੜੋ ਗੁਰੂ ਪਰਮਾਤਮਾ ਦੇ ਪਿਆਰ ਜੋੜੇਗਾ ਤੇ ਵਾਹਿਗੁਰੂ ਸਾਨੂੰ ਪਉ ਸਾਗਰ ਤੋਂ ਕਢ ਲਏਗਾ ਪਉ ਸਾਗਰ ਦਾ ਅਰਥ ਇਹ ਕਿ ਸਾਨੂੰ ਜ਼ਿੰਦਗੀ ਚ ਬੇਅੰਤ ਫਿਕਰ ਨੇ ਚਿੰਤਾਵਾਂ ਨੇ ਪੈਰ ਪੈਰ ਤੇ ਹਰ ਚੀਜ਼ ਦੀ ਚਿੰਤਾ ਹੈ ਵਾਹਿਗੁਰੂ ਜੀ ਦਾ ਨਾਮ ਇਹਨਾਂ ਚਿੰਤਾਵਾਂ ਤੋਂ ਸਾਨੂੰ ਮੁਕਤ ਕਰ ਦੇਵੇਗਾ ਜਿਉਂ-ਜਿਉਂ ਪਰਮਾਤਮਾ ਦੇ ਨਾਮ ਜੁੜਾਂਗੇ ਸਾਡੇ ਅੰਦਰ ਇੱਕ ਭਰੋਸਾ ਪੈਦਾ ਹੋਏਗਾ ਸਾਡੇ ਅੰਦਰ ਇੱਕ ਪ੍ਰਕਾਸ਼ ਗਿਆਨ ਪੈਦਾ ਹੋਏਗਾ ਉਹ ਕੀ ਪੈਦਾ ਹੋਏਗਾ ਕਿ ਮਾਰੇ ਰੱਖੇ ਏਕੋ ਆ ਮਾਨੁਕੇ ਕਿਸਨਾ ਹੀ ਆਦ ਕਿ ਜ਼ਿੰਦਗੀ ਤੇ ਪਰਮਾਤਮਾ ਦੇ ਹੱਥ ਚ ਹੈ ਮਨੁੱਖ ਦੇ ਹੱਥ ਵਿੱਚ ਨਹੀਂ ਹੈ ਕਿਸੇ ਕੋਲ ਡਰਨ ਦੀ ਲੋੜ ਨਹੀਂ ਬੰਦਾ ਨਿਰਪਾਉ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਦੇਵਨ ਕੋ ਇੱਕ ਹੈ ਭਗਵਾਨ ਰੋਟੀ ਪਰਮਾਤਮਾ ਨੇ ਦੇਣੀ ਹੈ ਪਰਮਾਤਮਾ ਦੇ ਸਿਮਰਨ ਦਾ ਅਰਥ ਇਹ ਨਹੀਂ ਹੈ ਕਿ ਮੈਂ ਇਨੀਆਂ ਮਾਲਾ ਜਪਦਾ ਹਾਂ ਤੇ ਮੈਂ ਸਿਮਰਨ ਕਰ ਰਿਹਾ ਭਗਮ ਵਾਲੇ ਨੇ ਪ੍ਰਾਣੀ ਜਿਹੜੇ ਕਰਦੇ ਨੇ ਪਰਮਾਤਮਾ ਦੇ ਸਿਮਰਨ ਦਾ ਅਰਥ ਇਹ ਹੈ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਾਂ ਸਾਡੇ ਅੰਦਰ ਵਾਹਿਗੁਰੂ ਜੀ ਦਾ ਭਰੋਸਾ ਪਿਆਰ ਪ੍ਰਗਾਸ ਪੈਦਾ ਹੋ ਜਾਏ ਤੇ ਅਸੀਂ ਹਰ ਪੱਖ ਤੋਂ ਬੇਖੌਪ ਹੋ ਕੇ ਬੇਪ੍ਰਵਾਹ ਹੋ ਕੇ ਨਿਡਰ ਤੇ ਨਿਰਵੈਰ ਹੋ ਕੇ ਵਿਚਰੀਏ ਇਹ ਹੈ ਪਵ ਸਾਗਰ ਨੂੰ ਪਾਰ ਕਰਨਾ ਮੁਰਗਾਬੀ ਨਹੀਂ ਪਾਣੀ ਚ ਰਹਿੰਦੀ ਪਾਣੀ ਚ ਰਹੀ ਨਹੀਂ ਉਹ ਭੇਜਦੀ ਨਹੀਂ ਹੈ ਕਮਲ ਪਾਣੀ ਚ ਰਹਿੰਦਾ ਹੈ ਲੇਕਿਨ ਪਾਣੀ ਉਹਨੂੰ ਆਪਣੇ ਆਪ ਵਿੱਚ ਡੋਬ ਨਹੀਂ ਸਕਦਾ ਤੇ ਮੇਰੇ ਇਹ ਸੰਸਾਰ ਚ ਕਮਾਂ ਧੰਧੀਆਂ ਚ ਪਰ ਕਮਾਂ ਧੰਧੀਆਂ ਚ ਜਾਂ ਸੰਸਾਰ ਚ ਰਹਿਣੇ ਸਾਨੂੰ ਕੋਈ ਚਿੰਤਾ ਵੀ ਆਪਈ ਨਾ ਮਨ ਚ ਭਰੋਸਾ ਰਹਿ ਕਿ ਭਈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਪ੍ਰਮਾਤਮਾ ਨੂੰ ਹੈ ਸਾਡੀ ਇਸ ਕਰਕੇ ਸਾਇਬ ਕਹਿੰਦੇ ਭਾਈ ਗੁਰੂ ਰਾਈ ਵਾਹਿਗੁਰੂ ਜੀ ਦਾ ਸਿਮਰਨ ਕਰੋ ਗੁਰੂ ਕੇ ਸਿੱਖੋ ਮੇਰੇ ਪ੍ਰਭੂ ਜੇ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜੋਗੇ ਤੇ ਪ੍ਰਮਾਤਮਾ ਤੁਹਾਨੂੰ ਪੌਜਲ ਜਗਤ ਇਹ ਜਿਹੜਾ ਜਗਤ ਦਾ ਪੌ ਸਾਗਰ ਹੈ ਜਗਤ ਸ਼ਬਦ ਵਰਤੇ ਹੈ ਜਿਵੇਂ ਭਗਤ ਜੀ ਨੇ ਕਿਹਾ ਸੰਸਾਰ ਸਮੁੰਦੇ ਕਿਹ ਜਿਹੜਾ ਸੰਸਾਰ ਸਮੁੰਦਰ ਦੀ ਨਿਆਈ ਹੈ ਜਿਵੇਂ ਪੌਜਲ ਜਗਤ ਇਹ ਜਿਹੜਾ ਜਗਤ ਪੌ ਸਾਗਰ ਦੀ ਨਿਆਈ ਹੈ ਗੁਰੂ ਸਾਨੂੰ ਪ੍ਰਮਾਤਮਾ ਦੇ ਰਾਮ ਰਾਹੀ ਇਸ ਦੁਨਿਆਵੀ ਪੌ ਸਾਗਰ ਤੋਂ ਬਾਹਰ ਕੱਢ ਲਏਗਾ ਤੇ ਸਤਗੁਰੂ ਜੀ ਨੇ ਫਿਰ ਬਚਨ ਕੀ ਜੋ ਗੁਰ ਕਉ ਜਨ ਪੂਜੈ ਸੇਵੈ ਸੋ ਜਨ ਮੇਰੇ ਹਰ ਪ੍ਰਭ ਭਾਵੈ ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਪੂਜਦਾ ਹੈ ਗੁਰੂ ਨੂੰ ਹੁਣ ਗੁਰੂ ਦੀ ਸੇਵਾ ਕੀ ਹੈ ਜਿੱਥੇ ਅਸੀਂ ਬਾਹਰੀ ਤੌਰ ਤੇ ਆਪਣੀ ਸਰਦਾ ਅਰਪਣ ਕਰਦੇ ਸਤਗੁਰੂ ਜੀ ਕੋਲ ਆ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਗੁਰੂ ਦੀਆਂ ਦਿੱਤੀਆਂ ਦਾਤਾਂ ਚੋਂ ਗੁਰੂ ਦੇ ਅੱਗੇ ਭੇਟ ਵੀ ਰੱਖਦੇ ਆ ਪਰ ਗੁਰੂ ਕੀ ਸੇਵਾ ਦਾ ਅਰਥ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਗੁਰੂ ਰਾਮਦਾਸ ਜੀ ਮਹਾਰਾਜ ਦਾ ਤਨਸਵੀ ਰਾਗ ਚ ਇੱਕ ਪਵਿੱਤਰ ਸ਼ਬਦ ਹੈ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਹੇ ਪਾਵੇ ਜਿਨ ਸਤਗੁਰ ਕੀ ਅਗਿਆ ਸਤ ਸਤ ਕਰਮਾਨੀ ਗੁਰਦੇਵ ਕਹਿੰਦੇ ਗੁਰੂ ਦੇ ਦਰ ਤੇ ਆ ਕੇ ਗਾਵੇ ਆ ਸੁਣਿਆ ਉਹਨਾਂ ਦਾ ਪ੍ਰਮਾਨ ਹੁੰਦਾ ਹੈ ਜਿਹੜੇ ਗੁਰੂ ਕੀ ਅਗਿਆ ਨੂੰ ਮੰਨਦੇ ਨੇ ਗੁਰੂ ਕੀ ਅਗਿਆ ਚ ਚੱਲਣਾ ਹੀ ਗੁਰੂ ਦੀ ਪੂਜਾ ਹੈ ਗੁਰੂ ਕੇ ਭਾਣੇ ਵਿੱਚ ਚੱਲਣਾ ਹੀ ਗੁਰੂ ਦੀ ਸੇਵਾ ਹੈ ਕੋਈ ਮੈਂ ਗੁਰੂ ਨੂੰ ਮੱਥਾ ਟੇਕੀ ਜਾਵਾਂ ਗੁਰੂ ਦੀ ਮੰਨਾਂ ਹੀ ਕੋਈ ਨਾ ਇੱਕ ਬਚਨ ਐ ਸਦੀਵਾਚ ਕਿ ਸਲਾਮ ਜਵਾਬ ਦਉ ਕਰੇ ਮੁੱਢੋਂ ਕੁੱਥਾ ਜਾਏ ਗੁਰੂ ਨੂੰ ਨਮਸਕਾਰ ਵੀ ਕਰਾ ਗੁਰੂ ਦੀ ਗੱਲ ਮੰਨਾਂ ਵੀ ਨਾ ਆਪਣੇ ਬਜ਼ੁਰਗਾਂ ਨੂੰ ਐਵੇਂ ਗੋਡੇ ਕੁੱਟੀ ਜਾਈਏ ਆਪਾਂ ਪਰ ਕਹਿਣਾ ਮੰਨਈਏ ਨਾ ਤੇ ਬਾਪੂ ਤੇ ਆਖਰਕੇ ਕਹਿਣਾ ਤੂੰ ਮੰਨਦਾ ਨਹੀਂ ਗੋਡੇ ਕੁੱਟਣ ਦਾ ਅਰਥ ਕੀ ਹੋਇਆ ਗੁਰੂ ਦੇ ਅੱਗੇ ਨਮਸਕਾਰ ਕਰਨਾ ਗੁਰੂ ਦੇ ਦਰ ਤੇ ਸੇਵਾ ਕਰਨ ਦਾ ਅਰਥ ਹੈ ਕਿ ਗੁਰੂ ਕੀ ਆਗਿਆ ਸਾਨੂੰ ਮਿੱਠੀ ਲੱਗੇ ਗੁਰੂ ਕੀ ਬਾਣੀ ਚ ਆ ਜਾਈਏ ਸਾਬ ਕਹਿੰਦੇ ਜਿਹੜਾ ਕੋਈ ਪ੍ਰਾਣੀ ਜੋ ਗੁਰ ਕਉ ਜਨ ਪੂਜੇ ਸੇਵੈ ਜਿਹੜਾ ਵੀ ਰੱਬ ਦਾ ਪਿਆਰਾ ਗੁਰੂ ਦੀ ਪੂਜਾ ਕਰਦਾ ਹੈ ਗੁਰੂ ਦੀ ਸੇਵਾ ਕਰਦਾ ਹੈ ਸੋ ਜਨ ਮੇਰੇ ਹਰ ਪ੍ਰਭ ਭਾਵੈ ਉਹ ਜਨ ਜਿਹੜਾ ਨਾ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਪਰਮਾਤਮਾ ਨੂੰ ਮਿਲਣ ਦਾ ਜੋ ਯੁਗਤ ਬਣਾਈ ਹੈ ਪ੍ਰਮਾਤਮਾ ਨੇ ਜਗਤ ਵਿੱਚ ਹਮੇਸ਼ਾ ਦੇ ਲਈ ਇੱਕੋ ਹੀ ਹੈ ਗੁਰੂ ਅਮਰਦਾਸ ਜੀ ਦਾ ਬਚਨ ਹੈ ਕਿ ਪੂਰਾ ਥਾਠ ਬਨਾਇਆ ਪੂਰੇ ਵੇਖੋ ਇੱਕ ਸਮਾਨ ਇਸ ਪ੍ਰਪੰਚ ਵਿੱਚ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਨ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੀਂ ਸਮਾਨਾ ਇਹ ਬਾਣੀ ਜੋ ਜੀਉ ਜਾਣੇ ਇਸ ਅੰਤਰ ਵੇ ਹਰ ਨਾਮ ਬਿਲਾਵਲ ਰਾਗ ਦਾ ਇਹ ਪਵਿੱਤਰ ਸ਼ਬਦ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੈ ਹਰਕਿੰਦੇ ਕਿ ਪ੍ਰਮਾਤਮਾ ਨੇ ਇਹ ਪੂਰਾ ਥਾਠ ਅਡੰਬਰ ਜਿਹੜਾ ਬਣਾਇਆ ਹੈ ਸੰਸਾਰ ਦਾ ਇਹ ਮੁਕਮਲ ਹੈ ਸਾਰੇ ਥਾਵਾਂ 'ਚ ਇਹਦੇ 'ਚ ਕਾਨੂੰਨ ਇੱਕੋ ਹੀ ਹੈ ਵੇਖੋ ਏਕ ਸਮਾਨ ਬਰਾਬਰ ਦਾ ਕਾਨੂੰਨ ਹੈ ਸਾਰੇ ਥਾਵਾਂ ਤੇ ਉਹ ਕਾਨੂੰਨ ਇਹ ਹੈ ਕਿ ਜਿਹੜਾ ਪਰਪੰਚ ਪ੍ਰਮਾਤਮਾ ਨੇ ਬਣਾਇਆ ਹੈ ਨਾ ਇਹਦੇ ਵਿੱਚ ਨਾਮ ਦੀ ਵਿੜਿਆਈ ਹੈ ਮਤਾਂ ਕੋ ਸੋਚੇ ਕਿ ਮੈਂ ਬੜਾ ਜਪ ਕਰਦਾ ਤਪ ਕਰਦਾ ਮੈਂ ਬੜਾ ਪਾਠ ਕਰਦਾ ਸਤਗੁਰੂ ਜੀ ਕਹਿੰਦੇ ਇਹਦੇ 'ਚ ਨਾਮ ਦੀ ਵਿੜਿਆਈ ਹੈ ਨਾਮਦਰਸ ਕੇ ਸਾਡਾ ਪਰਮਾਤਮਾ ਨਾਲ ਪਿਆਰ ਕਿੰਨਾ ਕੋ ਹੈ ਅਸੀਂ ਰੱਬ ਦੀ ਰਜਾਸ ਕਿੰਨਾ ਕੋ ਚਲਦੇ ਆ ਅਸੀਂ ਜ਼ਿੰਦਗੀ ਚ ਪਰਮਾਤਮਾ ਦੇ ਪਿਆਰ ਜੁੜ ਕੇ ਰੱਬ ਵਰਗੇ ਕਿੰਨੇ ਕੋ ਬਣ ਗਏ ਹ ਮਤ ਕੋ ਧਰੋ ਘੁਮਾਨਾ ਮਤਾਂ ਕੋਈ ਇਹ ਘੁਮਾਨ ਕਰੇ ਕਿ ਮੈਂ ਬੜਾ ਜਪ ਜਪ ਕਰਦਾ ਹਾਂ ਤਪ ਕਰਦਾ ਹਾਂ ਜਾਂ ਹੋਰ ਧਰਮ ਕਰਮ ਕਰਦਾ ਹਾਂ ਸਤਗੁਰ ਜੀ ਕਹਿੰਦੇ ਨਹੀਂ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੀਂ ਸਮਨ ਜਿਨ ਨੂੰ ਗੁਰੂ ਕੀ ਮੱਤ ਮਿਲਦੀ ਹੈ ਨਾ ਉਹ ਗੁਰੂ ਰਾਹੀਂ ਪ੍ਰਮਾਤਮਾ 'ਚ ਸਮਾ ਜਾਂਦਾ ਹੈ ਤੇ ਗੁਰਦੇਵ ਨੇ ਇੱਥੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਕੋਈ ਪ੍ਰਾਣੀ ਸਤਗੁਰੂ ਜੀ ਦੀ ਪੂਜਾ ਕਰਦਾ ਹੈ ਸੇਵਾ ਕਰਦਾ ਹੈ ਰੱਬ ਨੂੰ ਉਹੀ ਚੰਗਾ ਲੱਗਦਾ ਹੈ ਉਹੀ ਰੱਬ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਗੁਰੂ ਦੀ ਪੂਜਾ ਦਾ ਅਰਥ ਹੈ ਗੁਰੂ ਦੀ ਰਜ਼ਾ 'ਚ ਚੱਲਣਾ ਮਨਮਤ ਤੋਂ ਮੁਕਤ ਹੋਣਾ ਜਦੋਂ ਬੰਦਾ ਮਨਮਤ ਤੋਂ ਮੁਕਤ ਹੁੰਦਾ ਹੈ ਅਹੰਕਾਰ ਤੋਂ ਮੁਕਤ ਹੁੰਦਾ ਹੈ ਉਦੋਂ ਪ੍ਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ ਗੁਰਬਾਣੀ ਦਾ ਇੱਕ ਪਾਵਨ ਬਚਨ ਹੈ ਕਿ ਜਿਨ੍ਹਾਂ ਨੇ ਅੰਦਰੋਂ ਹੰਕਾਰ ਤਿਆਗ ਦਿੱਤਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਪਾਉ ਜਿਉ ਇਉ ਪਾਵੇ ਹਰ ਦਰਸਾਵੜਾ ਨੇ ਲੱਗੇ ਤਤੀ ਵਾਹ ਜਿਉ ਭਾਈ ਮਨ ਦੀ ਮੱਤ ਤਿਆਗ ਕੇ ਨਾ ਪਰਮਾਤਮਾ ਦੇ ਪਿਆਰ ਜੁੜ ਜਾ ਹੋਰ ਪਾਸੇ ਦਾ ਖਿਆਲ ਛੱਡ ਦੇ ਜਦੋਂ ਕੇਵਲ ਪਰਮਾਤਮਾ ਦੇ ਪਿਆਰ ਜੁੜ ਜਾਏਗਾ ਇਉ ਪਾਵੇ ਹਰ ਦਰਸਾਵੜਾ ਤੈਨੂੰ ਰੱਬ ਦੇ ਦੀਦਾਰ ਪ੍ਰਾਪਤ ਹੋ ਜਾਣਗੇ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਨ ਦਾ ਅਰਥ ਹੀ ਮਨ ਦੀ ਮਤ ਨੂੰ ਤਿਆਗਣੇ ਗੁਰੂ ਦੀ ਮਤ ਗ੍ਰਹਿਣ ਦਾ ਅਰਥ ਹੀ ਹੰਕਾਰ ਤੋਂ ਉੱਚੇ ਉੱਠਣੇ ਹੁਣ ਜੇ ਮੈਂ ਇਹ ਕਹਾਂ ਕਿ ਮੈਂ ਤੇਜੀ ਗੁਰੂ ਵਾਲਾ ਬਣਿਆ ਤੇ ਫਿਰ ਵੀ ਹੰਕਾਰ ਕਰਾਂ ਗੁਰੂ ਦੀ ਦਿੱਤੀ ਪੌ ਲੈ ਕੇ ਫਿਰ ਵੀ ਮੈਂ ਜ਼ਿੰਦਗੀ ਚ ਮਨ ਦੀ ਮਤ ਵਰਤਾਂ ਫਿਰ ਮੈਂ ਗੁਰੂ ਵਾਲਾ ਨਹੀਂ ਮੈਂ ਅਜੇ ਮਨ ਵਾਲਾ ਹੀ ਆਂ ਇਸ ਕਰਕੇ 사ਦਗੁਰੂ ਜੀ ਕਹਿੰਦੇ ਜਦੋਂ ਕੋਈ ਬੰਦਾ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਦਾ ਹੈ ਗੁਰੂ ਦੀ ਰਜਾ ਚੱਲਦਾ ਹੈ ਸੋ ਜਨ ਮੇਰੇ ਹਰ ਪ੍ਰਭ ਭਾਵ ਹੈ ਉਹ ਜਨ ਰੱਬ ਦਾ ਪਿਆਰਾ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਹਰ ਕੀ ਸੇਵਾ ਸਤਗੁਰੂ ਪੂਜੋ ਕਰ ਕਿਰਪਾ ਆਪ ਤਰਾਵੇ ਗੁਰਦੇਵ ਜੀ ਕਹਿੰਦੇ ਭਈ ਗੁਰੂ ਦੀ ਪੂਜਾ ਕਰੋ ਇਹੀ ਵਾਹਿਗੁਰੂ ਜੀ ਦੀ ਸੇਵਾ ਹੈ ਗੁਰੂ ਦੀ ਪੂਜਾ ਕਰੋ ਪਾਪ ਗੁਰੂ ਦੇ ਪਾਣੇ ਚ ਗੁਰੂ ਦੀ ਰਜਾ ਚ ਚੱਲੋ ਇਹੀ ਵਾਹਿਗੁਰੂ ਜੀ ਦੀ ਸੇਵਾ ਹੈ ਜਦੋਂ ਅਸੀਂ ਗੁਰੂ ਕੀ ਰਜਾ ਚ ਚੱਲਦੇ ਆਂ ਮਨ ਦੀ ਮਤ ਮੁਕਤ ਹੁੰਨੇ ਆਂ ਰੱਬ ਦੀ ਰਜਾ ਤੇ ਸਹਿਜ ਹੀ ਸਾਨੂੰ ਮੰਨਣੀ ਆ ਜਾਂਦੀ ਹੈ ਇਸ ਕਰਕੇ ਸਾਇਬ ਕਹਿੰਦੇ ਏ ਦਾਤ ਜਿਹੜੀ ਹੈ ਕਰ ਕਿਰਪਾ ਆਪ ਤਰਾਵੇ ਜੇ ਗੁਰੂ ਦੀ ਪੂਜਾ ਕਰੋਗੇ ਵਾਹਿਗੁਰੂ ਜੀ ਦੇ ਪਿਆਰ ਜੁੜੋਗੇ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਦੁੱਖਾਂ ਤੋਂ ਬਾਹਰ ਕੱਢ ਲਏਗਾ ਤਰਾਵੇ ਦਰਥ ਹੈ ਤਾਰ ਲਏਗਾ ਜਿਵੇਂ ਕੋਈ ਚੀਜ਼ ਪਾਣੀ ਚ ਤਰਦੀ ਹੈ ਨਾ ਉੱਪਰ ਉੱਠ ਜਾਂਦੀ ਹੈ ਕਿਵੇਂ ਅਸੀਂ ਇਸ ਸੰਸਾਰ ਵਿੱਚ ਰਹਿਂਦੇ ਆ ਦੁੱਖਾਂ ਦੇ ਸਮੁੰਦਰ ਚੋਂ ਪਾਰ ਉਤਰ ਜਾਵਾਂਗੇ ਤਰ ਜਾਵਾਂਗੇ ਭਰਮ ਭੂਲੇ ਅਗਿਆਨੀ ਅੰਦਲੇ ਭ੍ਰੰ ਭ੍ਰੰ ਫੂਲ ਤੋਰਾਵੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਭਰਮ ਭਲੇਖਿਆਂ 'ਚ ਭਟਕੇ ਹੋਏ ਨੇ ਅਗਿਆਨੀ ਜਿਨ੍ਹਾਂ ਨੂੰ ਜ਼ਿੰਦਗੀ ਦਾ ਗਿਆਨ ਨਹੀਂ ਅੰਧਲੇ ਅੰਨਾ ਹੁੰਦਾ ਹੈ ਜਿਹਨੂੰ ਨਜ਼ਰ ਨਾ ਆਏ ਕੁਝ ਵੀ ਤੇ ਇੱਥੇ ਅੰਨੇ ਦਾ ਅਰਥ ਹੈ ਕਿ ਜਿਹਨੂੰ ਜ਼ਿੰਦਗੀ ਦੀ ਸੋਝ ਹੀ ਨਹੀਂ ਹੈ ਜਿਹੜਾ ਆਪਣੇ ਜੀਵਨ ਵੱਲੋਂ ਅੰਨਾ ਹੈ ਹਨੇਰੇ ਵਿੱਚ ਹੈ ਜਿਹੜਾ ਸਾਹਿਬ ਜੀ ਕਹਿੰਦੇ ਬਹੁਤ ਸਾਰੇ ਲੋਕ ਜਿਹੜੇ ਭਰਮ ਭਲੇਖੇ 'ਚ ਅਗਿਆਨਤਾ 'ਚ ਤੇ ਰੱਬ ਦੇ ਮਾਰਗ ਤੋਂ ਅੰਨੇ ਨੇ ਭ੍ਰੰ ਭ੍ਰੰ ਫੂਲ ਤੁਰਾਵੈ ਉਹ ਕੇਵਲ ਫੁੱਲ ਹੀ ਤੋੜੀ ਜਾਂਦੇ ਨੇ ਅਸੀਂ ਵੀ ਦੇਖਾ ਦੇਖੀ ਉਹ ਰਸਤਾ ਬਣਾ ਲਿਆ ਕਿ ਸਦ ਫੁੱਲ ਲਗਾਇਆ ਕੋ ਰੱਬ ਬਹੁਤਾ ਪ੍ਰਸੰਨ ਹੋਏਗਾ ਗੁਰਮਤਿ ਨੇ ਸਾਨੂੰ ਹਰ ਜੀਵ ਵਿੱਚੋਂ ਪਰਮਾਤਮਾ ਵਸਦਾ ਦੱਸਿਆ ਭਗਤ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਵਿੱਤਰ ਸ਼ਬਦ ਹੈ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰ ਜੀਓ ਪੁਲੀ ਮਾਲਣੀ ਹੈ ਏਓ ਸਤਿਗੁਰ ਜਾਗ ਤਹਿ ਦੇਓ ਬ੍ਰਹਮ ਪਤੀ ਵਿਸਨਦਾਰੀ ਫੂਲ ਸੰਕਰ ਦੇਓ ਤੀਨ ਦੋ ਦੇਵ ਪ੍ਰਤਖ ਤੋਰੇ ਕਰੇ ਕਿਸ ਕੀ ਸੇਵ ਭਗਤ ਜੀ ਇੱਕ ਮਾਲਣ ਦੀ ਗੱਲ ਕਰਦੇ ਨੇ ਜਿਹੜੀ ਫੁੱਲ ਤੋੜਦੀ ਐ ਮਾਲਾ ਬਣਾਉਂਦੀ ਐ ਤੇ ਠਾਕੁਰ ਨੂੰ ਲਿਆ ਕੇ ਅਰਪਣ ਕਰਦੀ ਐ ਭਗਤ ਜੀ ਕਹਿੰਦੇ ਮਾਲਣ ਪੱਤੇ ਤੋੜਦੀ ਐ ਫੁੱਲ ਤੋੜਦੀ ਐ ਪਰ ਇਹਨੂੰ ਪਤਾ ਨਹੀਂ ਹਰ ਪੱਤੇ ਦੇ ਅੰਦਰ ਹਰ ਫੁੱਲੇ ਦੇ ਅੰਦਰ ਜਿੰਦ ਹੈ ਜਾਨ ਹੈ ਵੇਖੋ ਜਿੰਨਾ ਚਿਰ ਫੁੱਲ ਲੱਗਾ ਹੁੰਦਾ ਟਾਣੀ ਨਾਲ ਉਹ ਖਿੜਿਆ ਰਹਿੰਦਾ ਹੈ ਤੋੜ ਲੋ ਤੇ ਉਹ ਮਰਦਾ ਜਾਂਦਾ ਹੈ ਕਿਉਂਕਿ ਉਹਨੂੰ ਖੁਰਾਕ ਜਾਂਦੀ ਜਿੰਦ ਜਿਹੜੀ ਉਹ ਟਾਣੀ ਦੇ ਨਾਲ ਹੈ ਅਕਜੀ ਕਹਿੰਦੇ ਪਾਤੀ ਪਾਤੀ ਜਿਓ ਹਰ ਪੱਤੇ ਦੇ ਅੰਦਰ ਜਿੰਦ ਹੈ ਹਰ ਪੱਤੇ ਦੇ ਅੰਦਰ ਜਾਨ ਹੈ ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰਜੀਓ ਤੇ ਮਾਲ ਨੂੰ ਪਤਾ ਹੀ ਨਹੀਂ ਕਿ ਜਿਸ ਪੱਥਰ ਦੀ ਮੂਰਤੀ ਦੇ ਅੱਗੇ ਮੈਂ ਫੁੱਲ ਰੱਖਣੇ ਆ ਜਾਂ ਜਿਹਦੇ ਲਈ ਤੋੜ ਨਹੀਂ ਉਹ ਤੇ ਨਿਰਜਿੰਦ ਹੈ ਪੱਥਰ ਨਿਰਜਿੰਦ ਹੈ ਕਠੋਰ ਹੈ ਫੁੱਲ ਕੋਮਲ ਨੇ ਫੁੱਲ ਜਿੰਦ ਵਾਲੇ ਨੇ ਪਰ ਉਹਨਾਂ ਨੂੰ ਤੋੜ ਕੇ ਨਾ ਤੇ ਨਿਰਜਿੰਦ ਅਗੇ ਲੋਕ ਅਰਪਣ ਕਰਦੇ ਨੇ ਸੋ ਪਾਹਨ ਜੀ ਉਹ ਪੂਲੀ ਮਾਲ ਨਹੀਂ ਹੈ ਇਹੋ ਸਤਿਗੁਰੂ ਜਾਗਤਾ ਹੈ ਇਹੋ ਭਗਤ ਸਾਹਿਬ ਜੀ ਕਹਿੰਦੇ ਇਹ ਮਾਲਣ ਭੁੱਲੀ ਹੋਈ ਹੈ ਕੇਵਲ ਮਾਲਨ ਹੀ ਭੁੰਨੀ ਨਹੀਂ ਸਾਰੀ ਦੁਨੀਆ ਭੁੱਲੀ ਹੋਈ ਹੈ ਇਹਨੂੰ ਪਤਾ ਹੀ ਨਹੀਂ ਕਿ ਪਰਮਾਤਮਾ ਤਾਂ ਜਾਗਤ ਜੋਤ ਹੈ ਪਰਮਾਤਮਾ ਕੋ ਪਥਰ ਨਹੀਂ ਹੈ ਪਰਮਾਤਮਾ ਜਾਗਤ ਜੋਤ ਹੈ ਤੇ ਉਹ ਸਾਰਿਆਂ ਚ ਵਸ ਰਿਹਾ ਸਾਨੂੰ ਸਾਡੇ ਸਤਿਗੁਰ ਜੀ ਨੇ ਕਿ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਹਿਕ ਨ ਆਨੀ ਕੇਵਲ ਜਾਗਤ ਜੋਤ ਦੇ ਪੁਜਾਰੀ ਬਣਨੇ ਸਾਂ ਤੇ ਭਗਤ ਜੀ ਕਹਿੰਦੇ ਇਸ ਮਨ ਨੂੰ ਇਹ ਨਹੀਂ ਪਤਾ ਤੂੰ ਪੱਥਰ ਦੀ ਖਾਤਰ ਇਹ ਪੰਫੁੱਲ ਤੋੜ ਰਹੀ ਹੈ ਪਰ ਇਹ ਫੁੱਲ ਜਿਹੜੇ ਨੇ ਬ੍ਰਹਮਪਾਤੀ ਵਿਸ਼ਨਦਾਰੀ ਫੁੱਲ ਸੰਕਰ ਦੇਓ ਪਤੀ ਮੈਣਾ ਪੱਤੀਆਂ ਬ੍ਰਹਮਪਾਤੀ ਦਾ ਅਰਥ ਕਿ ਜਿਹੜੀਆਂ ਪੱਤੀਆਂ ਨੇ ਇਹਨਾਂ ਚ ਬ੍ਰਹਮਾ ਵਸਦਾ ਤਿੰਨ ਦੇਵਤੇ ਮੰਨੇ ਜਾਂਦੇ ਨੇ ਸਨਾਤਨ ਮਤ ਵਿੱਚ ਬ੍ਰਹਮਾ ਜੀ ਵਿਸ਼ਨੂ ਸ਼ਿਵ ਜੀ ਤੇ ਪਗ ਜੀ ਕਹਿੰਦੇ ਮਾਲਣ ਨੂੰ ਪਤਾ ਹੀ ਨਹੀਂ ਬ੍ਰਹਮਪਾਤੀ ਇਹ ਜਿਹੜੀਆਂ ਪੱਤੀਆਂ ਨੇ ਤੇ ਬ੍ਰਹਮਾ ਦਾ ਰੂਪ ਨੇ ਵਿਸਨ ਢਾਰੀ ਇਹ ਡਾਲੀਆਂ ਜਿਹੜੀਆਂ ਇਹ ਵਿਸ਼ਨੂ ਦਾ ਕੰਮ ਕਰਦੀਆਂ ਨੇ ਫੁੱਲ ਸ਼ੰਕਰ ਦੇਵ ਇਹ ਜਿਹੜੇ ਫੁੱਲ ਨੇ ਇਹ ਸ਼ੰਕਰ ਦਾ ਸ਼ਿਵ ਜੀ ਦਾ ਰੂਪ ਨੇ ਹੁਣ ਤਿੰਨ ਦੇਵ ਪ੍ਰਤੱਖ ਤੋਰੇ ਤਿੰਨ ਦੇਵਤੇ ਤੋੜ ਲੈ ਕਰੇ ਕਿਸ ਕੀ ਸੇ ਉਹ ਕਿਹਦੀ ਸੇਵਾ ਕਰਦੀ ਪਥਰਾਂ ਦੀ ਤਿੰਨ ਦੇਵਤੇ ਤੋੜ ਕੇ ਤੇ ਪਥਰਾਂ ਅੱਗੇ ਤੂੰ ਅਰਪਣ ਕਰੀ ਜਾਨੀ ਹੈ ਮਾਲਣੇ ਤੂੰ ਤੇ ਭੁੱਲੀ ਹੋਈ ਹੈ ਤੇ ਸਤਿਗੁਰੂ ਸਾਹਿਬ ਜੀ ਇੱਥੇ ਵੀ ਕਹਿੰਦੇ ਨੇ ਕਿ ਭ੍ਰਮ ਫੂਲੇ ਅਗਿਆਨੀ ਅੰਧਲੇ ਪਰਮ ਪਰਮ ਫੂਲ ਤੋਰਾਵੇ ਬਹੁਤ ਸਾਰੇ ਅਗਿਆਨੀ ਰੱਬ ਵਾਲੇ ਪਾਸੇ ਤੋਂ ਜਿਹੜੇ ਅੰਨੇ ਲੋਗ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਹੈ ਉਹ ਪਰਮ ਪਰਮ ਫੂਲ ਤੋਰਾਵੇ ਪਰੰਪਲੇਖੇ ਚ ਪਾ ਕੇ ਫੋਲੀ ਤੋੜੀ ਜਾਂਦੀ ਨੇ ਤੇ ਕਰਦੇ ਕਿ ਨਿਰਜੀਉ ਪੂਜੇ ਮੜਾ ਸਰੇਵੇਂ ਸਭ ਵਿਰਥੀ ਕਾਲ ਗਵਾਵੇ ਉਹ ਨਿਰਜਿੰਦ ਚੀਜ਼ਾਂ ਨੂੰ ਪੂਜਦੇ ਨੇ ਜੀਵੰਦੇ ਜੀ ਭਾਵੇਂ ਕਿਸੇ ਮਨੁੱਖ ਨੂੰ ਅਸੀਂ ਫੁੱਲ ਦਿੱਤਾ ਨਾ ਹੋਏ ਆਪਾਂ ਦੇਖਦੇ ਆਂ ਬੰਦਾ ਚੜ੍ਹਾਈ ਕਰ ਜੇ ਤੇ ਫੁੱਲਾਂ ਦਾ ਢੇਰ ਲਾਇਆ ਹੁੰਦਾ ਮਰੇ ਦੇ ਅੱਗੇ ਫੁੱਲਾਂ ਦਾ ਢੇਰ ਲਾਇਆ ਹੁੰਦਾ ਜਿਉਂਦੇ ਜੀ ਭਾਵੇਂ ਉਹਨੂੰ ਅਸੀਂ ਫੁੱਲ ਦੇਈਏ ਨਾ ਦੇਈਏ ਜਾਂ ਉਹਦੇ ਪ੍ਰਤੀ ਕੋਈ ਸ਼ੁਭ ਬਚਨ ਬੋਲੀਏ ਨਾ ਬੋਲੀਏ ਲੇਕਿਨ ਤੋਂ ਮਰਦ ਤੋਂ ਬਾਅਦ ਫੁੱਲ ਤੋੜ-ਤੋੜ ਕੇ ਢੇਰ ਲਾਇਆ ਜਾਂਦਾ ਹੈ ਨਿਰਜੀਵ ਪੂਜੇ ਮੜਾ ਸਰੇਵੇਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕਿ ਇਹ ਬੰਦਾ ਫੁੱਲ ਤੋੜ ਤੋੜ ਕੇ ਨਿਰਜਿੰਦ ਤੇ ਮੜੀਆਂ ਦੀ ਪੂਜਾ ਕਰੀ ਚੱਲਿਆ ਜਾਂਦਾ ਹੈ ਮੁਰਦਿਆਂ ਦੀ ਪੂਜਾ ਕਰੀ ਚੱਲਿਆ ਜਾਂਦਾ ਹੈ ਸਭ ਬਿਰਥੀ ਕਾਲ ਗਵਾਵੇ ਇਹ ਸਭ ਕਲਨ ਬਿਰਥੀ ਤੁਰੀ ਜਾ ਰਹੀ ਆਕਾਰ ਤੁਰੀ ਜਾ ਰਹੀ ਹੈ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਸਾਨੂੰ ਨਿਰੋਲ ਪ੍ਰਮਾਤਮਾ ਦੇ ਪਿਆਰ ਜੋੜਿਆ ਗੁਰਬਾਣੀ ਚ ਸਤਗੁਰੂ ਜੀ ਨੇ ਉਚੇਚੇ ਤੌਰ ਤੇ ਸਾਨੂੰ ਪਥਰਾਂ ਦੀ ਪੂਜਾ ਤੋਂ ਵਰਜਿਆ ਭਗਤ ਨਾਮਦੇਵ ਸਾਹਿਬ ਜੀ ਦਾ ਇੱਕ ਵਚਨ ਹੈ ਉਹਨਾਂ ਲੋਕਾਂ ਨੂੰ ਸਮੋਦਨ ਕਰਦੇ ਆਂ ਜਿਹੜੇ ਪੱਥਰ ਨੂੰ ਰੱਬ ਮੰਨਦੇ ਨੇ ਭਗਤ ਜੀ ਕਹਿੰਦੇ ਉਹ ਦੁਨੀਆਂ ਦੇ ਲੋਗੋ ਏਕੇ ਪੱਥਰ ਕੀ ਜੇ ਪਾਓ ਦੂਜੇ ਪੱਥਰ ਧਰੀਏ ਪਾਓ ਜੇ ਉਹ ਦਿਓ ਤਾਂ ਉਹ ਹੀ ਵੀ ਦੇਵਾ ਕਹਿਤ ਨਾਮ ਦਿਓ ਹਮ ਹਰ ਕੀ ਸੇਵਾ ਇੱਕ ਸੜਕ ਤੇ ਪਿਆ ਪੱਥਰ ਉਤੇ ਪੈਰ ਰੱਖਦੇ ਹੋ ਇੱਕ ਪੱਥਰ ਧਰਮ ਮੰਦਰ ਚ ਪਿਆ ਉਹਨੂੰ ਤੁਸੀਂ ਮੱਥੇ ਟੇਕਦੇ ਰੱਬ ਮੰਨਦੇ ਹੋ ਉੱਥੇ ਪੂਜਾ ਕਰਦੇ ਹੋ ਜੋ ਅੰਦਰ ਵਾਲਾ ਰੱਬ ਹੈ ਤੇ ਬਾਹਰ ਵਾਲਾ ਕਿਉਂ ਨਹੀਂ ਰੱਬ ਉਹ ਵੀ ਤਾਂ ਪੱਥਰ ਹੀ ਐ ਕਹਿੰਦੇ ਕਿ ਅਸੀਂ ਤੇ ਰੱਬ ਦੀ ਪੂਜਾ ਜੁੜੇ ਆਂ ਅਸੀਂ ਕਿਸੇ ਪੱਥਰ ਨੂੰ ਨਹੀਂ ਪੂਜੇ ਗੁਰੂ ਕੇ ਬਚਨ ਰੋਜ਼ ਪੜ੍ਹਦੇ ਆਂ ਕਿ ਮਨੁੱਖ ਜਿਹੜਾ ਨਾ ਕਿ ਇਹ ਪੱਥਰ ਨੂੰ ਰੱਬ ਕਰਕੇ ਪੂਜ ਰਿਹਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਕਿ ਕਾਹੇ ਕੋ ਪੂਜਤ ਹੋ ਪਹਾਨ ਕੋ ਪਹਾਨ ਮੈਂ ਪਰਮੇਸ਼ਰ ਨਹੀਂ ਉਹ ਭਾਈ ਪੱਥਰ ਵਿੱਚ ਰੱਬ ਨਹੀਂ ਹੈ ਰੱਬ ਤਾਂ ਜਾਗਦੇ ਮਨੁੱਖਾਂ ਦੇ ਅੰਦਰ ਹੈ ਬੰਦਾ ਜਾਗਦੇ ਲੋਕਾਂ ਨੂੰ ਪੱਥਰ ਮਾਰਦਾ ਹੈ ਪੱਥਰਾਂ ਦੀ ਪੂਜਾ ਕਰਦਾ ਹੈ ਜਿਉਂਦੇ ਲੋਗਾਂ ਨੂੰ ਪੱਥਰ ਮਾਰਦਾ ਹੈ ਪੱਥਰਾਂ ਦੀ ਪੂਜਾ ਕਰਦਾ ਹੈ ਤੇ ਸਤਿਗੁਰੂ ਸਾਹਿਬ ਜੀ ਕਿੰਨੇ ਨਿਰਜੀਓ ਪੂਜੇ ਮੜਾ ਸਰੇ ਵੈ ਇਹ ਅਗਿਆਨੀ ਅੰਧਲੇ ਲੋਕ ਜਿਹੜੇ ਨੇ ਭੁੱਲਾਂ ਨੂੰ ਤੋੜ ਤੋੜ ਕੇ ਨਿਰਜਿੰਦ ਚੀਜ਼ਾਂ ਦੀ ਪੂਜਾ ਕਰਦੇ ਨੇ ਮੜੀਆਂ ਦੇ ਉੱਪਰ ਜਾ ਕੇ ਫੁੱਲ ਰੱਖਦੇ ਨੇ ਮੜੀਆਂ ਦੀ ਜਾ ਕੇ ਸੇਵਾ ਕਰਦੇ ਨੇ ਸਭ ਬਿਰਥੀ ਕਾਲ ਗਵਾਵੈ ਤੇ ਸਭ ਇਹਨਾਂ ਦੀ ਕਲਣਾ ਜੋ ਕੁਝ ਕਰਦੇ ਬਿਰਥਾ ਤੁਰੇ ਜਾ ਰਹੀ ਹੈ ਜਿਨੇ ਮੈਨ ਪਾਵਰ ਤੇ ਮਨੀ ਪਾਵਰ ਧਰਮ ਦੇ ਨਾਂ ਤੇ ਖਰਚੀ ਜਾ ਰਹੀ ਨਾ ਸਾਡੇ ਮੁਲਕ ਦੇ ਅੰਦਰ ਜੇ ਕਹਤੇ ਇਹਦੋਂ ਥੋੜਾ ਜਿਹਾ ਹਿੱਸਾ ਵੀ ਸਮਾਜ ਤੇ ਖਰਚ ਦੇਈਏ ਸਾਡਾ ਸਮਾਜ ਸਵਰਗ ਬਣ ਜਾਏ ਦੇਖੋ ਨਾ ਧਰਮ ਮੰਦਰਾਂ ਤੇ ਸੋਨਾ ਧਰਮ ਮੰਦਰ ਸੋਹਣੇ ਹੋਣੇ ਚਾਹੀਦੇ ਨੇ ਚੰਗੀ ਗੱਲ ਐ ਧਰਮ ਮੰਦਰਾਂ ਚੋਂ ਗਿਆਨ ਮਿਲਣਾ ਚਾਹੀਦਾ ਜਿਹੜੀ ਜ਼ਰੂਰਤ ਦੀ ਗੱਲ ਐ ਲੇਕਿਨ ਧਰਮ ਮੰਦਰਾਂ ਤੇ ਸੋਨਾ ਤੇ ਮਨੁੱਖ ਭੁੱਖੇ ਮਰ ਰਹੇ ਨੇ ਭੁੱਖ ਮਰੀ ਹੈ ਆਪਣਾ ਮੁਲਖ ਤੇ ਭੁੱਖ ਮਰੀ ਦੇ ਸਥਾਨ ਤੇ ਹੋਰ ਨੰਬਰ ਲਈ ਚਲਿਆ ਜਾਂਦਾ ਹੈ। ਔਰ ਤੁਸੀਂ ਜਾਓਗੇ ਵੱਡੇ ਵੱਡੇ ਮੰਦਰਾਂ ਦੇ ਅੰਦਰ ਟੰਨਾਂ ਦੇ ਹਿਸਾਬ ਨਾਲ ਸੋਨਾ ਪਿਆ ਹੋਇਆ। ਜਿਹੜਾ ਕਿ ਮਨੁੱਖਤਾ ਦੀ ਸੇਵਾ ਲਈ ਮਨੁੱਖਤਾ ਨੂੰ ਐਜੂਕੇਟ ਕਰਨ ਦੇ ਲਈ ਲੱਗਣਾ ਚਾਹੀਦਾ ਸੀ ਲੋਕਾਂ ਦੀ ਹੈਲਥ ਲਈ ਖਰਚਿਆ ਜਾਣਾ ਚਾਹੀਦਾ ਸੀ। ਲਿ ਕਿਉਂ ਕਿਉਂਕਿ ਮਨੁੱਖ ਤਨ ਨੂੰ ਅਗਿਆਨਤਾ ਚ ਰੱਖਿਆ ਗਿਆ ਜਦੋਂ ਵੀ ਕੋ ਗਿਆਨ ਦੀ ਗੱਲ ਕਰੇਗਾ ਉਹਦੀ ਵਿਰੋਧਤਾ ਹੋਏਗੀ ਗੁਰੂ ਨਾਨਕ ਸਾਹਿਬ ਜੀ ਦੀ ਵਿਰੋਧਤਾ ਦਾ ਕੀ ਕਾਰਨ ਹੈ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਕਿਤੇ ਕੋ ਰਾਜ ਭਗ ਦੀ ਗੱਲ ਨਹੀਂ ਸੀ ਕੀਤੀ ਕੋਈ ਨਾ ਕੋ ਹਥਿਆਰ ਨਹੀਂ ਹੈ ਕੋਈ ਉਹਨਾਂ ਕੋਲ ਫੌਜ ਨਹੀਂ ਹੈ ਪਰ ਗੁਰੂ ਨਾਨਕ ਸਾਹਿਬ ਜੀ ਲੋਕਾਂ ਨੂੰ ਗਿਆਨ ਦਿੰਦੇ ਸਨ ਉਹ ਐਵੇਂ ਪਾਣੀ ਚ ਪਾਣੀ ਛੁੱਟੀ ਜਾ ਰਹੇ ਹੋ ਕਿਤੇ ਪਿਆਸਿਆਂ ਨੂੰ ਪਾਣੀ ਪਿਆਓ ਕਿਤੇ ਦਰਖਤਾਂ ਨੂੰ ਪਾਣੀ ਦਿਓ ਕਿਸੇ ਗਰੀਬ ਦੀ ਖੇਤੀ ਨੂੰ ਸਿੰਜ ਦਿਓ ਤੁਸੀਂ ਲੱਖਾਂ ਲੋਕੀ ਪਾਣੀ ਦੀ ਪਾਣੀ ਛੁੱਟੀ ਜਾ ਰਹੇ ਹੋ ਹੁਣ ਜਿਨ੍ਹਾਂ ਲੋਕਾਂ ਨੇ ਲੋਕਾਂ ਨੂੰ ਦਿਮਾਗੀ ਤੌਰ ਤੇ ਗੁਲਾਮ ਬਣਾਏ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾੜ ਪਾਹਨ ਬੋਰੀ ਪ੍ਰਥਵੀ ਪੰਡਿਤ ਪਾੜੀ ਬਾਠ ਇਹ ਕਾਗਜ਼ਾਂ ਦੀ ਇੱਕ ਕੈਦ ਕੋਠੜੀ ਬਣੀ ਜਿੰਨਾਂ ਤੇ ਕਰਮ ਕਾਂਡ ਲਿਖੇ ਨੇ ਕਿ ਇੰਨੇ ਦਿਨ ਇਹ ਕੰਮ ਕਰ ਲੋ ਆ ਮਿਲ ਜਾਏਗਾ ਇਨੇ ਦਿਨ ਇੱਥੇ ਨੰਗੇ ਪੈਰੀ ਚੱਲ ਜਾਓ ਆਹ ਮਿਲ ਜਾਏਗਾ ਇਨੇ ਦਿਨ ਇਨੀਆਂ ਮੱਸੀਆ ਨਾਲੋ ਆਹ ਮਿਲ ਜਾਏਗਾ ਇੱਕ ਕੈਦ ਕੋਠੜੀ ਐ ਪਾਹਨ ਬੋਰੀ ਮਸਕੇ ਕਰਮ ਕੋ ਪਾਟ ਮਨੁੱਖ ਦੀ ਸੂਰਤ ਨੂੰ ਇੱਥੇ ਬੰਦ ਕੀਤਾ ਜਾਂਦਾ ਇਧਰ ਲਗਾਇਆ ਜਾਂਦਾ ਔਰ ਸਾਡੇ ਗੁਰਬਾਣੀ ਜੋ ਇਨੀ ਇਨਕਲਾਬੀ ਬਾਣੀ ਐ ਬਾਣੀ ਦੇ ਨਾਂ ਤੇ ਵੀ ਬਹੁਤ ਸਾਰੇ ਲੋਕ ਨੇ ਫਲਾਣਾ ਸ਼ਬਦ ਇਨੇ ਦਿਨ ਪੜ ਲਓ ਐ ਕੁਝ ਮਿਲ ਜਾਏਗਾ ਸਾਡੇ ਚ ਕਹਿਣ ਵਾਲੇ ਨੇ ਮੰਨਣ ਵਾਲੇ ਵੀ ਨਹੀਂ ਕਿ ਬਾਕੀ ਸ਼ਬਦ ਜਿਹੜੇ ਉਹਨਾਂ ਚੋਂ ਨਹੀਂ ਕੁਝ ਵੀ ਮਿਲਦਾ ਬਾਕੀ ਸਭ ਨਹੀਂ ਸਾਨੂੰ ਕੋਈ ਦਿੰਦੇ ਕਿਸੇ ਇੱਕ ਸ਼ਬਦ ਤੇ ਕੀ ਕਹਣਗੇ ਜੀ ਸਾਨੂੰ ਕੋਈ ਸ਼ਬਦ ਦੱਸ ਦਿਓ ਕਿਹੜਾ ਫੜੀਏ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਉਹ ਗਿਆਨ ਦਾ ਦਾਤਾ ਹੈ ਸੁੱਖਾਂ ਦਾ ਦਾਤਾ ਹੈ ਲੇਕਿਨ ਦੁਕਾਨਾਂ ਚ ਚਲਾਉਣ ਵਾਲਿਆਂ ਨੇ ਤੇ ਕਿਤਾਬਾਂ ਛਾਪ ਦਿੱਤੀਆਂ ਕਿਤੇ ਦੁੱਖ ਭੰਜਨੀ ਗੁਟਕਾ ਬਣ ਗਿਆ ਕਿਤੇ ਸੁਖਮਨ ਸਾਹਿਬ ਬਣ ਗਿਆ ਚੰਗਾ ਬਿਜ਼ਨਸ ਚੱਲ ਰਿਹਾ ਉਹਨਾਂ ਲੋਕਾਂ ਦਾ ਲੇਕਿਨ ਸਤਗੁਰੂ ਜੀ ਨਹੀਂ ਬਣਾ ਸਕਦੇ ਹਜੇ ਗੁਟਕੇ ਵੀ ਕਿ ਗੁਰੂ ਸਾਹਿਬ ਨਹੀਂ ਸੀ ਬਣਾ ਸਕਦੇ ਹੁਣ ਬੰਦਾ ਸਿਆਣਾ ਹੋ ਗਿਆ ਗੁਰੂ ਸਾਹਿਬ ਨਾਲੋਂ ਕਿਉਂਕਿ ਉਹ ਜਿਹੜਾ ਪੁਜਾਰੀ ਹੈ ਨਾ ਪੁਜਾਰੀ ਜਿਹੜਾ ਪੂਜਾ ਦੇ ਨਾਂ ਤੇ ਪੜਦਾ ਉਹਨੇ ਪੱਗ ਵੀ ਬਨ ਲਈ ਸਿੱਖੀ ਦਵਾਚ ਆ ਗਿਆ ਕਿਰਪਨਾ ਪਾ ਲਈਆਂ ਸੋਹਣੀ ਪੂਜਾ ਕਰਾਰੇ ਲੋਕਾਂ ਕੋਲੋਂ ਦੁਕਾਨਾਂ ਚਲਾ ਰਿਹਾ ਇਸ ਕਰਕੇ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਪੱਥਰਾਂ ਦੇ ਵਿੱਚ ਪਰਮੇਸ਼ਰ ਨਹੀਂ ਹੈ ਗੁਰੂ ਕੀ ਰੋਜ਼ ਬਚਨ ਪੜਦੇ ਕਾਹੂ ਲੈ ਪਾਹਨ ਪੂਜ ਤਰਿਓ ਸਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦੇ ਸਮੇ ਕਾਹੂ ਪਚਾ ਕੋ ਸੀਸ ਨਵਾਇਓ ਕੋਬ ਤਾਨਕ ਪੂਜਤ ਹੈ ਪਸਕੋ ਮਿਰਤਾਨ ਕੋ ਪੂਜਨ ਧਾਇਓ ਕੋਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸਵੈਏ ਸਤਗੁਰ ਜੀ ਦੇ ਰੋਜ਼ ਪੜਦੇ ਹਾਂ ਕਿਸੇ ਨੇ ਪੱਥਰ ਨੂੰ ਸਿਰ ਤੇ ਰੱਖਿਆ ਹੋਇਆ ਹੈ ਕਿਸੇ ਨੇ ਲਿੰਗ ਨੂੰ ਗਲਤ ਲਟਕਾਇਆ ਤੁਰਿਆ ਫਿਰਦਾ ਹੈ ਕਿ ਮੈਂ ਰਬ ਦਾ ਭਗਤਾਂ ਕੋਈ ਮੜੀਆਂ ਨੂੰ ਪੂਜਦਾ ਹੈ ਕੋਈ ਖਬਰਾਂ ਨੂੰ ਪੂਜਦਾ ਹੈ ਕੋਈ ਪਥਰਾਂ ਨੂੰ ਪੂਜਦਾ ਹੈ ਕੋਈ ਪਛਮ ਵਾਲੇ ਬੰਨੇ ਸਿਰ ਚ ਘਾਰਿਆ ਕੋਈ ਪੂਰਵ ਵਾਲੇ ਬੰਨੇ ਸਿਰ ਚ ਘਾਰਿਆ ਤੇ ਸਤਗੁਰੂ ਜੀ ਕਹਿੰਦੇ ਕੂਰ ਕਰਿਆ ਉਰ ਜੋ ਸਭ ਹੀ ਜਗ ساری ਦੁਨੀਆ ਦੇ ਅੰਦਰ ਇਹ ਕੂਰ ਕਰਿਆ ਝੂਠੇ ਕਰਮ ਪਰਛੇ ਉਲਝਿਆ ਪਿਆ ਜਗਤ ਜਿਹੜਾ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਉਹ ਜਿਹੜਾ ਭਗਵਾਨ ਪਰਮਾਤਮਾ ਹੈ ਨਾ ਉਹਦਾ ਭੇਦ ਨਹੀਂ ਲੋਕਾਂ ਨੇ ਪਾਇਆ ਸਿਰਫ ਦੁਨੀਆ ਮਨਮਰਜੀ ਦੇ ਰੱਬ ਬਣਾਈ ਬੈਠੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਰਾਮਦਾਸ ਜੀ ਕਹਿੰਦੇ ਨੇ ਕਿ ਪਰਮ ਫੂਲੇ ਅਗਿਆਨੀ ਅੰਧਲੇ ਪਰਮ ਪਰਮ ਫੂਲ ਤੁਰਾਵੇ ਅਗਿਆਨੀ ਅੰधे ਲੋਕ ਜਿਹੜੇ ਨੇ ਉਹ ਭਣ ਭਟਕਣਾ ਚ ਪੈ ਕੇ ਫੁੱਲ ਤੋੜ ਤੋੜ ਕੇ ਹੀ ਸੋਚਦੇ ਕਿ ਰੱਬ ਦੀ ਅਸੀਂ ਪੂਜਾ ਕਰ ਰਹੇ ਹਾਂ ਔਰ ਪਰਮ ਪਰਮ ਫੂਲ ਤੁਰਾਵੇ ਫੁੱਲ ਤੋੜੀ ਜਾਂਦੇ ਨੇ ਨਿਰਜੀਵ ਪੂਜੇ ਮੜਾ ਸਰੇਵੇਂ ਸਭ ਵਰਥੀ ਕਾਲ ਗਵਾਵੇ ਨਿਰਜਿੰਦ ਚੀਜ਼ਾਂ ਦੀ ਪੂਜਾ ਕਰਦੇ ਨੇ ਮੜੀਆਂ ਦੀ ਪੂਜਾ ਕਰਦੇ ਨੇ ਮਸਾਣਾ ਦੀ ਪੂਜਾ ਕਰਦੇ ਨੇ ਉਹਨਾਂ ਦੀ ਸਾਰੀ ਕਲਣਾ ਬਿਰਥੀ ਤੁਰੀ ਜਾ ਰਹੀ ਹੈ ਜਿੰਨੀ એનર્ਜੀ ਮਨੁੱਖ ਦੀ ਧਰਮ ਦੀ ਦੁਨੀਆ ਚ ਲੱਗ ਰਹੀ ਹੈ ਜੇ ਕਿਤੇ ਠੀਕ ਤਰੀਕੇ ਨਾਲ ਲੱਗੇ ਧਰਮ ਕੀ ਹੈ ਸਮੁੱਚੀ ਮਾਨਵਤਾ ਦਾ ਇੱਕੋ ਧਰਮ ਹੈ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਰਮਾਤਮਾ ਦੇ ਪਿਆਰ ਜੁੜਨਾ ਇਹ ਧਰਮ ਹੈ ਹੁਣ ਜਦੋਂ ਨਾਮ ਦੀ ਗੱਲ ਆਉਂਦੀ ਨਾਮ ਦਾ ਅਰਥ ਇਹਤ ਨਹੀਂ ਹੈ ਕਿ ਮੈਂ ਕੋਈ ਮੰਤਰ ਵੱਖਰਾ ਹੋ ਕੇ ਜਪੀ ਜਾਵਾਂ ਤੇ ਇਹ ਨਾਮ ਜਮਰਣਾ ਚਲੋ ਉੱਠ ਕੇ ਅਭਿਆਸ ਕਰਨਾ ਉਹ ਇੱਕ ਵਧੀਆ ਗੱਲ ਹੈ ਪਰ ਕੋ ਦੁਨੀਆਦਾਰੀ ਨੂੰ ਪਰਿਵਾਰ ਨੂੰ ਛੱਡ ਕੇ ਗਏ ਜਿਵੇਂ ਵੱਖਰਾ ਕਿਤੇ ਇਕਾਂਚ ਚ ਬੈਠ ਕੇ ਜਾਂ ਡੂੰਗਾ ਜਾਂ ਟੋਆ ਪਟ ਕੇ ਬੈਠਾਂਗਾ ਤਾਂ ਬਹੁਤਾ ਸਿਮਰਣਾ ਕਰਾਂਗਾ ਸੀ ਤੇ ਗੁਰੂ ਸਾਹਿਬਾਂ ਦੇ ਨਾਲ ਵੀ ਜੋੜ ਲਿਆ ਕਿ ਭੋਰੇ ਚ ਜੀ ਬੈਠੇ ਰਹਿੰਦੇ ਸਨ ਗੁਰੂ ਨਾਨਕ ਸਾਹਿਬ ਜੀ ਕਿਤੇ ਭੋਰੇ ਚ ਨਹੀਂ ਬੈਠੇ ਸਤਗੁਰੂ ਜੀ ਨੇ ਤੇ ਕਿੰਨੀ ਘਲਣਾ ਕੱਲੀ ਹੈ ਕਿੰਨੀ ਕੱਲਣਾ ਕਾਲੀ ਸਤਿਗੁਰ ਜੀ ਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਦਾ ਅਰਥ ਕੀ ਹੈ ਨਾਮ ਦਾ ਅਰਥ ਕੀ ਪ੍ਰਮਾਤਮਾ ਦੇ ਪਿਆਰ ਚ ਜੁੜ ਕੇ ਪ੍ਰਮਾਤਮਾ ਵਰਗੇ ਕਰਮ ਕਰਨਾ ਪ੍ਰਮਾਤਮਾ ਵਰਗੇ ਕਰਨਾ ਪ੍ਰਮਾਤਮਾ ਦਾ ਕਰਮ ਕਿ ਉਸਰਬਤ ਦਾ ਭਲਾ ਕਰਦਾ ਜਦੋਂ ਅਸੀਂ ਸਰਬਤ ਦਾ ਭਲਾ ਕਰਾਂਗੇ ਤਾਂ ਕਿਹਾ ਜਾਏਗਾ ਕਿ ਇਹ ਨਾਮ ਜਪਦਾ ਹੈ ਬੰਦਾ ਜਦੋਂ ਅਸੀਂ ਦੂਜਿਆਂ ਦੇ ਦੁੱਖਾਂ ਚ ਮਦਦਗਾਰ ਬਣਾਂਗੇ ਤਾਂ ਆਪਾਂ ਕੋ ਦੁਨੀਆ ਕੇ ਹੀ ਬੰਦਾ ਨਾਮ ਜਪਣ ਵਾਲੇ ਮੈਂ ਵੱਖਰਾ ਹੀ ਬੈਠਾ ਰਵਾਂਗਾ ਭਾਵੇਂ ਸਾਰਾ ਦਿਨੀ ਮਾਲਾ ਫੇਰੀ ਜਾਮ ਕਿਸੇ ਨੂੰ ਕੀ ਪਤਾ ਮੈਂ ਕੀ ਕਰਦਾ ਨਾਮ ਜਪਣ ਦੀ ਵਡਿਆਈ ਇਹ ਹੈ ਕਿ ਜਿਵੇਂ ਪ੍ਰਮਾਤਮਾ ਦਾ ਸੂਰਜ ਸਭ ਦ੍ਰਿਸ਼ਟੀ ਵਰਤਦਾ ਹੈ ਪ੍ਰਮਾਤਮਾ ਦੀ ਹਵਾ ਸਾਰਿਆਂ ਦੇ ਨਾਲ ਬਰਾਬਰ ਦਾ ਵਿਆਰ ਕਰਦੀ ਹੈ ਇਹ ਧਰਤੀ ਜਿਹੜੀ ਸਾਰਿਆਂ ਨੂੰ ਚੁੱਕੀ ਫਿਰਦੀ ਹੈ ਸਾਰਿਆਂ ਨੂੰ ਆਸਰਾ ਦੇ ਰਹੀ ਹੈ ਪੂਜਨ ਦੇ ਰਹੀ ਹੈ ਇਦਾਂ ਦਾ ਸੁਭਾਅ ਬਣ ਜੇ ਇਹ ਹੈ ਨਾਮ ਜਪਣ ਨਾਮ ਜਪਣ ਦਾ ਅਰਥ ਕੱਲਾ ਕੋ ਮੰਤਰ ਰਟਣ ਤੋਂ ਨਹੀਂ ਹੈ ਇਹ ਅਭਿਆਸ ਹੈ ਜ਼ਰੂਰੀ ਹੈ ਲੇਕਿਨ ਨਾਮ ਜਪਣਾ ਤੇ ਸਫਲ ਉਦੋਂ ਹੋਵੇਗਾ ਜਦੋਂ ਅਸੀਂ ਕਰਮ ਰੱਬ ਵਰਗੇ ਕਰਾਂਗੇ ਸਮੁੱਚੀ ਮਾਨਵਤਾ ਦੇ ਨਾਲ ਵਿਹਾਰ ਇਹੋ ਜਿਹਾ ਕਰਾਂਗੇ ਕਿ ਸਮੁੱਚੀ ਮਾਨਵਤਾ ਸਾਨੂੰ ਆਪਣੀ ਨਜ਼ਰ ਆਏਗੀ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਭਨ ਆਈ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਤੋਂ ਬਿਨਾਂ ਸਾਰੀ ਕਾਲ ਨਾ ਮਨੁੱਖ ਦੀ ਤੁਰ ਹੀ ਜਾ ਰਹੀ ਬਿਰਥਾ ਤੁਰ ਹੀ ਜਾ ਰਹੀ ਹੈ ਬ੍ਰह्मबिंद ਸੋ ਸਤਗੁਰ ਕਈਐ ਹਰ ਹਰ ਕਥਾ ਸੁਣਾਵੇ ਭਾਈ ਗੁਰੂ ਕੌਣ ਹੈ ਗੁਰੂ ਹੈ ਜਿਹੜਾ ਬ੍ਰह्म ਵਿੱਚ ਲਿਬਲীন ਹੋ ਜਾਏ ਸਤਪੁਰਖ ਜਿਨ ਜਾਣੇ ਆ ਸਤਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਉ ਜਿਸ ਹਸਤੀ ਨੇ ਉਸ ਸਤਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ ਹੈ ਪਰਮਾਤਮਾ ਨੂੰ ਜਾਣ ਲਿਆ ਉਹ ਸਤਿਗੁਰੂ ਹੈ ਉਹਦੀ ਸੰਗਤ ਵਿੱਚ ਆ ਕੇ ਜੀਵਾਂ ਦਾ ਉਧਾਰ ਹੋਣਾ ਹੈ ਹੋਰ ਮੇਰੇ ਵਰਗੇ ਬਥੇਰੇ ਤੁਰੇ ਫਿਰਦੇ ਨੇ ਮੱਥੇ ਮੁਠੇ ਟਕਾਉਣ ਵਾਲੇ ਮੱਥੇ ਟੇਕਣ ਨਾਲ ਉਧਾਰ ਨਹੀਂ ਹੋਣਾ ਉਧਾਰ ਤੇ ਹੋਣਾ ਕਿ ਜਿਹੜਾ ਸਾਨੂੰ ਕੋ ਮਾਰਗ ਦੇਗਾ ਗਿਆਨ ਦੇਗਾ ਉਹਦੇ ਤੇ ਚੱਲਿਆਂ ਉਧਾਰ ਹੋਣੇ ਇਸ ਕਰਕੇ ਸਤਗੁਰ ਜੀ ਕਹਿੰਦੇ ਨੇ ਕਿ ਗੁਰੂ ਉਹ ਜਿਹੜਾ ਸਤ ਵਿੱਚ ਲਿਬਲੀਨ ਹੋ ਗਿਆ ਬ੍ਰਹਮ ਬਿੰਦੈ ਸੋ ਸਤਗੁਰ ਕਹੀਏ ਬਿੰਦੇ ਦਰਥ ਨੇ ਜਾਣ ਲੈਣਾ ਜਿਹੜਾ ਬ੍ਰਹਮ ਨੂੰ ਜਾਣ ਲੇ ਉਹ ਗੁਰੂ ਹੈ ਜਿਹੜਾ ਬ੍ਰਹਮ ਵਿੱਚ ਲੇਵਲਿਨ ਹੋ ਜਾਏ ਉਹ ਸਤਿਗੁਰੂ ਹੈ ਤੇ ਉਹਦੀ ਵਡਿਆਈ ਕੀ ਹੈ ਸਤਿਗੁਰੂ ਦੀ ਪਹਿਚਾਨ ਕੀ ਹੈ ਕਿਉਂਕਿ ਕੋਈ ਵੀ ਕਹੇਗਾ ਮੈਂ ਬ੍ਰਹਮ ਨੂੰ ਜਾਣ ਲਿਆ ਉਹਦੀ ਪਹਿਚਾਨ ਇਹ ਹੈ ਕਿ ਹਰ ਹਰ ਕਥਾ ਸੁਣਾਵੇ ਜਦੋਂ ਤੁਸੀਂ ਉਹਦੇ ਕੋਲ ਜਾਓਗੇ ਗੁਰੂ ਕੋਲ ਤੇ ਗੁਰੂ ਕੇਵਲ ਪਰਮਾਤਮਾ ਦੀ ਗੱਲ ਸੁਣਾਏਗਾ ਕੇਵਲ ਪਰਮਾਤਮਾ ਨਾਲ ਜੋੜੇਗਾ ਗੁਰੂ ਦੁਨੀਆਦਾਰੀ ਵਿੱਚ ਨਹੀਂ ਉਲਝਾਏਗਾ ਅਪਾ ਦੇਖਦੇ ਆ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਧਾਰਮਿਕ ਲੋਗਾਂ ਕੋਲ ਜਾਂਦੇ ਨੇ ਤੇ ਧਾਰਮਿਕ ਲੋਗ ਜਿਹੜੇ ਇਹਨਾਂ ਨੂੰ ਹੋਰ ਜੁਗਤੀਆਂ ਦੱਸਦੇ ਐ ਇਹ ਕੁਝ ਕਰੋ ਤੁਹਾਡਾ ਕਾਰੋਬਾਰ ਬੜਾ ਚੱਲੇਗਾ ਇਹ ਕੁਝ ਕਰੋ ਤੁਸੀਂ ਵੱਡੇ ਮੰਤਰੀ ਬਣ ਜਾਓਗੇ ਇਹ ਕੁਝ ਕਰੋ ਉਹ ਹੋਰ ਧੁੰਦਿਆਂ ਚ ਉਲਝਾਈ ਚਲੇ ਜਾਂਦੇ ਨੇ ਉਹਨਾਂ ਨੂੰ ਬੰਦਾ ਹੋਰ ਚੱਕਰ ਵਿੱਚ ਫਸੀ ਚਲੇ ਜਾਂਦਾ ਇਸ ਕਰਕੇ 사ਦਗੁਰੂ ਜੀ ਕਹਿੰਦੇ ਕਿ ਗੁਰੂ ਉਹ ਹੈ ਜਿਹੜਾ ਪ੍ਰਮਾਤਮਾ ਚ ਲਿਵਲੀਨ ਹੈ ਤੇ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਨਰਨਰ ਪਰਮਾਤਮਾ ਦੇ ਪਿਆਰ ਵਿੱਚ ਹੀ ਜੋੜਦਾ ਹੈ ਗੁਰੂ ਕੋਲ ਕੇਵਲ ਪਰਮਾਤਮਾ ਦਾ ਨਾਮ ਹੈ ਇਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਧ ਸਤ ਕਰ ਮੁਖ ਸੰਚੋ ਇਸ ਫਨ ਕੀ ਫਿਰ ਟੋਟ ਨ ਆਵੇ ਭਾਈ ਜੋ ਗੁਰੂ ਹੈ ਜੋ ਪਰਮਾਤਮਾ ਚ ਅਪੇਧ ਹੈ ਲਿਵਲੀਨ ਹੈ ਗੁਰੂ ਪਰਮਾਤਮਾ ਦੀ ਮੂਰਤ ਹੈ ਉਸ ਗੁਰੂ ਦੇ ਦਰ ਤੇ ਆ ਕੇ ਛਾਦਨ ਭੋਜਨ ਹਾਟ ਪਟੰਬਰ ਬਹੁ ਵਿਧ ਸਤ ਕਰ ਮੁਖ ਸੰਚੋ ਪਿਉਸ ਗੁਰੂ ਦੇ ਦਰ ਤੇ ਆ ਕੇ ਭੋਜਨ ਬਸਤਰ ਹੋਰ ਵਸਤੂਆਂ ਗੁਰੂ ਦੇ ਦਰ ਤੇ ਆ ਕੇ ਅਰਪਣ ਕਰੋ ਸੰਚੋ ਦਾ ਅਰਥ ਹੈ ਉਥੇ ਆ ਕੇ ਵਰਤਾਓ ਗੁਰੂ ਦੇ ਦਰ ਤੇ ਆ ਕੇ ਇਹ ਵਸਤੂਆਂ ਭੇਟ ਕਰਨ ਦਾ ਅਰਥ ਹੈ ਕਿ ਗੁਰੂ ਦੇ ਅਰਥ ਮਨੁੱਖਤਾ ਦੀ ਸੇਵਾ ਕਰੋ ਲੋੜਵੰਦਾਂ ਦੀ ਸੇਵਾ ਕਰੋ ਜਿੱਥੇ ਲੋੜ ਹੈ ਗੁਰਮਤ ਨੇ ਸਾਨੂੰ ਸੇਵਾ ਦੀ ਗੱਲ ਕਹੀ ਹੈ ਪਰ ਨਾਲ ਸੁਚੇਤ ਕੀਤਾ ਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜ ਕੇ 부ਜੀ ਹੈ ਅਕਲੀ ਕੀਚੈ দান ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਭੋਜਨ ਨਹੀਂ ਖਾਣਾ ਗੁਰੂ ਗ੍ਰੰਥ ਸਾਹਿਬ ਜੀ ਨੇ ਤਕੋ ਬਹੁਤ ਜਿਵੇਂ ਆਪਾਂ ਕਹ ਲਈ ਕਿ ਢੇਰ ਲਾ ਦੀ ਆਪਾਂ ਕੱਪੜਿਆਂ ਦੇ ਉਹ ਪਹਿਨਦੇ ਨਹੀਂ ਹੈ ਗੁਰੂ ਦੇ ਦਰ ਤੇ ਆ ਕੇ ਸੁੰਦਰ ਅਰਮਾਲੇ ਭੇਟ ਕਰਨੇ ਇਹ ਵੀ ਇੱਕ ਸੇਵਾ ਦਾ ਹਿੱਸਾ ਹੈ ਪਰ ਅਗਿਰ ਮਾਲਿਆਂ ਦੀ ਲੋੜ ਹੈ ਵੀ ਤੇ ਦੇਖਣਾ ਚਾਹੀਦਾ ਕਿਹੜੇ ਰਮਾਲਿਆਂ ਦੀ ਲੋੜ ਹੈ ਢੇਰ ਲੱਗੇ ਪਏ ਨੇ ਗੁਰਦੁਆਰਿਆਂ ਚ ਰਮਾਲਿਆਂ ਦੇ ਕਿਸੇ ਗੁਰਦੁਆਰੇ ਚ ਦੇਸ਼ ਪਰਦੇਸ਼ ਚਲੇ ਜਾਓ ਮੈਂ ਆਪ ਦੇਖਿਆ ਕਿ ਪ੍ਰਬੰਧਕ ਰਮਾਲੇ ਫਿਰ ਅੱਗ ਸਾੜਦੇ ਦੇਖੇ ਨੇ ਕਹਿੰਦੇ ਕਿੱਥੇ ਲੈ ਜਾਈਏ ਅਸੀਂ ਕਿਧਰ ਜਾਈਏ ਬਾਹਰਲੇ ਮੁਲਖਾਂ ਚ ਤੇ ਸਾੜਨੇ ਵੀ ਔਖੇ ਨੇ ਲੋਕ ਕਿ ਸਾੜਦੇ دریاਵਾਂ ਦੇ ਕੰਢਿਆਂ ਤੇ ਜਾ ਕੇ ਸਾੜਦੇ ਨੇ ਢੇਰ ਲੱਗੇ ਪਏ ਨੇ ਕਿੱਥੇ ਰੱਖੀਏ ਕਮਰੇ ਨਹੀਂ ਰੱਖਣ ਦੇ ਲਈ ਹੁਣ ਗੁਰੂ ਸਾਹਿਬ ਨੂੰ ਕਿੰਨੇ ਕੋ ਵਸਤਰਾਂ ਦੀ ਲੋੜ ਹੈ ਵਧੀਆ ਹੋਣੇ ਚਾਹੀਦੇ ਨੇ ਸਤਗੁਰੂ ਜੀ ਦੇ ਵਸਤਰ ਪਰ ਜਦੋਂ ਗੁਰੂ ਨੂੰ ਭੋਜਨ ਜਾਂ ਕੱਪੜਾ ਅਰਪਣ ਦੀ ਲੋੜ ਹੈ ਜਿਹੜੇ ਲੋੜਵੰਦ ਨੇ ਸਮਾਜ ਵਿੱਚ ਬਹੁਤ ਸਾਰੇ ਲੋਕ ਨੰਗੇ ਤੁਰੇ ਫਿਰਦੇ ਨੇ ਆਪਾਂ ਉਹਨਾਂ ਦੀ ਸੇਵਾ ਕਰਾਂਗੇ ਉਹ ਵੀ ਤੇ ਗੁਰੂ ਦੇ ਅਰਥ ਹੀ ਹੈ ਭੁੱਖਿਆਂ ਨੂੰ ਰੋਟੀ ਦੇਵਾਂਗੇ ਉਹ ਵੀ ਤੇ ਗੁਰੂ ਦੇ ਅਰਥ ਹੀ ਹੈ ਇਸ ਕਰਕੇ 사ਦਗੁਰੂ ਜੀ ਕਹਿੰਦੇ ਗੁਰੂ ਦੇ ਅਰਥ ਤੁਸੀਂ ਭੋਜਨ ਕੱਪੜਾ ਕੀਮਤੀ ਵਸਤੂਆਂ ਜਿਹੜੀਆਂ ਤੁਸੀਂ ਅਰਪਣ ਕਰੋਗੇ ਤਿਸ ਪੁਨ ਕੀ ਫਿਰ ਤੋਟ ਨਾ ਆਵੇ ਇਹ ਜਿਹੜਾ ਤੁਸੀਂ ਕਰਮ ਕਰੋਗੇ ਨਾ ਬੇਤ ਤੁਹਾਨੂੰ ਘਾਟ ਨਹੀਂ ਆਏਗੀ ਜਿੰਨਾ ਤੁਸੀਂ ਇਸ ਅਰਥ ਖਰਚੋਗੇ ਤੁਹਾਨੂੰ ਹੋਰ ਏ ਪ੍ਰਮਾਤਮਾ ਦਾਤ ਦੇਈ ਜਾਏਗਾ ਇਹ ਪੁੰਨ ਕਰਨ ਦੀ ਵੀ ਘਾਟ ਨਹੀਂ ਆਏਗੀ ਸੇਵਾ ਦੀ ਘਾਟ ਨਹੀਂ ਰਹੇਗੀ ਇਸ ਕਰਕੇ 사ਦਗੁਰੂ ਜੀ ਕਹਿੰਦੇ ਭਾਈ ਨਿਰਜਿੰਦ ਚੀਜ਼ਾਂ ਨੂੰ ਪੂਜਣ ਦੀ ਲੋੜ ਨਹੀਂ ਹੈ ਪਥਰਾਂ ਨੂੰ ਪੂਜਣ ਦੀ ਲੋੜ ਨਹੀਂ ਹੈ ਪੂਜਣੇ ਤੇ ਰੱਬ ਦੀ ਮਾਨਵਤਾ ਦੀ ਸੇਵਾ ਕਰੋ ਮਨੁੱਖਤਾ ਦੀ ਸੇਵਾ ਕਰੋ ਗੁਰੂ ਜਿਹੜਾ ਹੈ ਉਹ ਸਾਨੂੰ ਜੋੜਦਾ ਹੀ ਮਨੁੱਖਤਾ ਦੀ ਸੇਵਾ ਚ ਹੈ ਸਤਗੁਰੂ ਜੀ ਨੇ ਜੋ ਸੇਧ ਦਿੱਤੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਕੋ ਨਾਨਕ ਬਾਂ ਲੁੜਾਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਨੇ ਕਿ ਇਸ ਦੁਨੀਆ ਚ ਰਹਿੰਦੇ ਆਂ ਸੇਵਾ ਕਰੋ ਮਨੁੱਖਤਾ ਦੀ ਸੇਵਾ ਕਰੋ ਇਸ ਕਰਕੇ ਸਤਗੁਰੂ ਜੀ ਕਹਿੰਦੇ ਤੁਸੀਂ ਜੇ ਇਹ ਸੇਵਾ ਕਰੋਗੇ ਤੇ ਸੁਪਨ ਕੀ ਫਿਰ ਟੋਟ ਨਾ ਆਵੇ ਆਹ ਜਿਹੜੇ ਪੁੰਨ ਦੇ ਕੰਮ ਕੀਤੇ ਆ ਤੁਹਾਨੂੰ ਕਦੀ ਤੋਟ ਨਹੀਂ ਆਏਗੀ ਸੇਵਾ ਕਰਨ ਦੀ ਵੀ ਤੋਟ ਨਹੀਂ ਆਏਗੀ ਸਤਿਗੁਰ ਦਿਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਸਤਿਗੁਰੂ ਪ੍ਰਕਾਸ਼ ਰੂਪ ਹੈ ਸਤਿਗੁਰੂ ਪ੍ਰਮਾਤਮਾ ਦੀ ਮੂਰਤ ਹੈ ਪ੍ਰਗਟ ਤੌਰ ਤੇ ਮੂਰਤ ਹੈ ਗੁਰਬਾਣੀ ਕਹਿੰਦੀ ਗੁਰਪੂਰਨ ਨਾਰਾਇਣ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਤੇ ਪਰਮੇਸ਼ਰ ਇੱਕੋ ਹੀ ਹੈ ਗੁਰੂ ਜੋ ਹੈ ਉਹ ਪ੍ਰਮਾਤਮਾ ਦਾ ਸਾਕਾਰ ਰੂਪ ਹੈ ਪ੍ਰਮਾਤਮਾ ਦਾ ਕੋਈ ਰੰਗ ਨਹੀਂ ਰੂਪ ਨਹੀਂ ਚੱਕਰ ਜਿਹਨ ਜਾਤ ਪਾਤ ਨਹੀਂ ਹੈ ਗੁਰੂ ਕਿਉਂਕਿ ਪ੍ਰਮਾਤਮਾ ਚ ਅਪੇਧ ਹੋ ਗਿਆ ਇਸ ਕਰਕੇ ਗੁਰੂ ਪ੍ਰਮਾਤਮਾ ਦਾ ਰੂਪ ਹੈ ਸਤਗੁਰੂ ਜੀ ਕਿੰਨੇ ਸਤਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਤੇ ਗੁਰੂ ਜਿਹੜਾ ਨਾ ਉਹ ਆਪਣੇ ਮੁਖ ਤੋਂ ਜੋ ਸੁਣਾਉਂਦਾ ਹੈ ਬਚਨ ਅੰਮ੍ਰਿਤ ਅੰਮ੍ਰਿਤ ਦਰਥ ਕਿ ਉਹ ਬਚਨ ਜਿਹੜੇ ਮੁਰਦੇ ਨੂੰ ਵੀ ਜੀਵਨ ਦੇਣ ਵਾਲੇ ਨੇ ਮ੍ਰਿਤ ਮੈਣਾ ਮੌਤ ਅੰਮ੍ਰਿਤ ਮੈਣਾ ਮੌਤ ਤੋਂ ਰਹਿਤ ਜਿੰਦਗੀ ਪ੍ਰਦਾਨ ਕਰਨੀ ਗੁਰੂ ਕੀ ਪਵਿੱਤਰ ਬਾਣੀ ਜਿਹੜੀ ਹੈ ਉਹ ਅੰਮ੍ਰਿਤ ਹੈ ਸਾਡੇ ਅੰਦਰ ਮੌਤ ਦੇ ਡਰ ਨੂੰ ਕੱਟਦੀ ਹੈ ਸਾਨੂੰ ਦੁੱਖਾਂ ਤੋਂ ਮੁਕਤ ਕਰਦੀ ਹੈ ਸਾਡੇ ਅੰਦਰ ਜੀਉਣ ਦਾ ਚਾਹ ਪੈਦਾ ਕਰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਕਿਤੇਓਂ ਪੜ੍ਹ ਲਓ ਤੁਸੀਂ ਜਿਵੇਂ ਸ਼ਹਿਦ ਦੀ ਮੱਖੀ ਦਾ ਛੱਤਾ ਹੁੰਦਾ ਹੈ ਉਦੇ ਇੱਕ ਇੱਕ ਸ਼ੇਕ ਵਿੱਚ ਮਿਠਾਸ ਹੁੰਦੀ ਹੈ ਸ਼ਹਿਦ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਇੱਕ ਇੱਕ ਲਫ਼ਜ਼ ਵਿੱਚ ਜ਼ਿੰਦਗੀ ਭਰੀ ਪਈ ਹੈ ਲੋੜ ਤੇ ਉਹਨੂੰ ਸਮਝਣ ਦੀ ਹੈ ਲੋੜ ਤੇ ਉਹਨੂੰ ਜਾਣਨ ਦੀ ਹੈ ਕਮਾਉਣ ਦੀ ਹੈ ਜਿੱਥੋਂ ਵੀ ਤੁਸੀਂ ਪਿਆਰ ਨਾਲ ਪੜਨਾ ਸ਼ੁਰੂ ਕਰ ਦਿਓਗੇ ਗੁਰਬਾਣੀ ਤੁਹਾਡੇ ਅੰਦਰ ਜੀਉਣ ਦਾ ਚਾਹ ਪੈਦਾ ਕਰੇਗੀ ਗੁਰਬਾਣੀ ਡਰਾਉਂਦੀ ਨਹੀਂ ਹੈ ਵੈਸੇ ਤੁਸੀਂ ਧਰਮ ਦੀ ਦੁਨੀਆ 'ਚ ਜਾਓਗੇ ਧਰਮ ਨੇ ਡਰਾਇਆ ਬੜਾ ਧਾਰਮਿਕ ਲੋਕਾਂ ਨੇ ਧਰਮ ਗ੍ਰੰਥਾਂ ਚ ਬੜੀਆਂ ਡਰਾਉਣੀਆਂ ਕਹਾਣੀਆਂ ਲਿਖੀਆਂ ਹੋਈਆਂ ਨੇ ਮੌਤ ਤੋਂ ਬਾਅਦ ਇਹ ਕੁਝ ਹੋਏਗਾ ਐਦਾਂ ਨਰਕਾਂ ਸਾੜਿਆ ਜਾਏਗਾ ਇਨੇ ਨਰਕਾਂ ਚੋਂ ਲੰਘਣਾ ਪਏਗਾ ਇਹ ਕਰਨਾ ਪਏਗਾ ਬੜਾ ਡਰਾਇਆ ਹੋਇਆ ਬੰਦੇ ਨੂੰ ਬੰਦਾ ਉਵੇਂ ਅਣਦੇਸ ਦੇ ਨਰਕ ਨੂੰ ਦੇਖ-ਦੇਖ ਕੇ ਡਰੀ ਜਾਂਦਾ ਐਸ ਦੁਨੀਆ ਚ ਭਾਵੇਂ ਜ਼ਿੰਦਗੀ ਨਰਕ ਤੋਂ ਵੱਧ ਤਰ ਹੋਵੇ ਪਰ ਜੋ ਦੇਖਿਆ ਨਹੀਂ ਉਹਨੂੰ ਸੁਣ-ਸੁਣ ਕੇ ਡਰੀ ਚੱਲਿਆ ਜਾਂਦਾ ਹੈ ਮਨੁੱਖ ਦੇ ਅੰਦਰ ਮਾਨਸਿਕਤਾ ਦੇ ਵਿੱਚ ਇੱਕ ਡਰ ਪੈਦਾ ਕੀਤਾ ਗਿਆ ਡਰ ਦੇ ਨਾਲ ਪੂਜਾ ਕਰਾਈ ਗਈ ਜਿਵੇਂ ਆਪਾਂ ਦੇਖਦੇ ਆ ਨਾ ਕਰੋਨਾ ਦੇ ਨਾਂ ਤੇ ਡਰਾਇਆ ਗਿਆ ਮੀਡੀਆ ਦੇ ਰਹੀਂ ਰਜ ਕੇ ਡਰਾਇਆ ਗਿਆ ਕਈ ਵਿਚਾਰੇ ਡਰਨ ਵਾਲੀ ਮਰ ਗਏ ਇਸੇ ਤਰੀਕੇ ਦੇ ਨਾਲ ਧਰਮ ਦੀ ਦੁਨੀਆ ਚ ਮਨੁੱਖ ਦੇ ਅੰਦਰ ਡਰ ਪੈਦਾ ਕੀਤਾ ਗਿਆ ਬੰਦਾ ਡਰ ਕੇ ਮੱਥੇ ਤੇ ਕੀ ਚੱਲਿਆ ਜਾਂਦਾ ਪੱਥਰਾਂ ਨੂੰ ਟੇਕੀ ਜਾਂਦਾ ਪਸ਼ੂਆਂ ਨੂੰ ਟੇਕੀ ਜਾਂਦਾ ਪਤਾ ਨਹੀਂ ਕਿੱਥੇ ਕਿੱਥੇ ਟੇਕੀ ਚੱਲਿਆ ਜਾਂਦਾ ਲੇਕਿਨ ਗੁਰਬਾਣੀ ਨੇ ਡਰ ਕਟਿਆ ਗੁਰਬਾਣੀ ਸਾਨੂੰ ਪਰਮਾਤਮਾ ਦੇ ਪਿਆਰ ਨੂੰ ਜੁੜ ਕੇ ਨਿਰਪਉ ਹੋ ਕੇ ਵਿਚਨ ਦੀ ਗੱਲ ਕਰਦੀ ਹੈ ਗੁਰਬਾਣੀ ਕਹਿੰਦੀ ਨਿਰਭਉ ਜਪੈ ਸਗਲ ਭਉ ਮਿਟੈ ਜੇ ਪ੍ਰਮਾਤਮਾ ਦੇ ਪਿਆਰ ਚ ਜੁੜ ਕੇ ਵੀ ਡਰੇ ਰਹਿਣਾ ਤੇ ਪ੍ਰਮਾਤਮਾ ਹੀ ਕਹਦਾ ਪ੍ਰਮਾਤਮਾ ਨੇ ਤੇ ਸਾਡੇ ਡਰ ਕਟਣੇ ਨੇ ਹਾਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਬੰਦਾ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਰਿਸਪਾਂਸਿਬਲ ਹੋਣਾ ਚਾਹੀਦਾ ਹੈ ਉਹਦੇ ਮਨ ਚ ਅਦਬਾਉਣਾ ਚਾਹੀਦਾ ਹੈ ਦੂਜਿਆਂ ਦਾ ਲੇਕਿਨ ਬੰਦਾ ਬੇਪਰਵਾਹ ਹੋ ਕੇ ਜੀਵੇ ਚਿੰਤਾ ਤੋਂ ਮੁਕਤ ਹੋ ਕੇ ਜੀਵੇ ਗੁਰਬਾਣੀ ਨੇ ਹਰ ਅੱਖਰ ਦੇ ਅੰਦਰ ਸਾਨੂੰ ਮੁਕਤ ਕੀਤਾ ਚਿੰਤਾਵਾਂ ਤੋਂ ਡਰ ਤੋਂ ਮੁਕਤ ਕੀਤਾ ਤੇ ਗੁਰਬਾਣੀ ਨੇ ਤੇ ਸਾਨੂੰ ਕਹਤਾ ਕਿਹੜੇ ਧਰਮ ਰਾਜ ਦਾ ਡਰ ਹੈ ਧਰਮ ਰਾਜ ਵੀ ਤੇ ਰੱਬ ਦਾ ਬਣਾਇਆ ਹੋਇਆ ਹੈ ਤੋ ਡਰਨ ਦੀ ਲੋੜ ਨਹੀਂ ਹੈ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜ ਜਾਓਗੇ ਤੁਹਾਡੇ ਕੋਲ ਧਰਮ ਰਾਜ ਵੀ ਡਰਨ ਲੱਗ ਪਏਗਾ ਸੁਣ ਕੇ ਜੰਮ ਕੇ ਦੂਤ ਨਾਹੀਂ ਤੇਰੇ ਛੱਡ ਜਾਏਂ ਜਮਦੂਤ ਡਰਦੇ ਪੱਜ ਜਾਣਗੇ ਜਿੰਨਾ ਜਮਾਦੂਤਾਂ ਦੇ ਨਾਂ ਤੇ ਡਰਾਇਆ ਹੋਇਆ ਹੈ ਡਰਾਉਣੀਆਂ ਕਹਾਣੀਆਂ ਕਲਪਤ ਬਣਾਈਆਂ ਹੋਈਆਂ ਨੇ ਗੁਰਬਾਣੀ ਕਹਿੰਦੀ ਪ੍ਰਮਾਤਮਾ ਦੇ ਪਿਆਰ ਜੁੜੋਗੇ ਜਮਦੂਤ ਵੀ ਤੜ ਤੋਂ ਡਰਦੇ ਪੱਜ ਜਾਣਗੇ ਦੁੱਖਾਂ ਦੀ ਤੇ ਗੱਲ ਹੀ ਕੀ ਹੈ ਇਸ ਕਰਕੇ ਗੁਰਬਾਣੀ ਨੇ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਕੀਤਾ ਧਰਮ ਦੀ ਦੁਨੀਆ 'ਚ ਮਨੁੱਖ ਦੇ ਸਵੈਮਾਨ ਨੂੰ ਮਨੁੱਖ ਦੀ ਗੌਰਵਤਾ ਨੂੰ ਨੀਵਿਆਂ ਕੀਤਾ ਗਿਆ ਉਹ ਮਨੁੱਖ ਦੇ ਅੰਦਰ ਇੱਕ ਹੀਣ ਭਾਵਨਾ ਪਾਰ ਦਿੱਤੀ ਗਈ ਕਿ ਸਹਿਦ ਮੈਂ ਦੁੱਖ ਭੋਗਣ ਲਈ ਆਏ ਐ ਜ਼ਿੰਦਗੀ ਸਿਰਫ ਕਰਮ ਭੋਗਣ ਲਈ ਮਿਲੀ ਐ ਗੁਰਬਾਣੀ ਕਹਿੰਦੀ ਜ਼ਿੰਦਗੀ ਕਰਮ ਕਰਨ ਲਈ ਮਿਲੀ ਐ ਕਰਮ ਕਰੋ ਜ਼ਿੰਦਗੀ ਦੇ ਅੰਦਰ ਵਧੀਆ ਕਰਮ ਕਰੋ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਜ਼ਰ ਨਿਹਾਲੀਏ ਡਰੇਗਾ ਤੇ ਉਹ ਜਿਹੜਾ ਮਾਰੇ ਕੰਮ ਕਰੇਗਾ ਸੋ ਡਰੇ ਜੇ ਪਾਪ ਕਮਾਵਨ ਦਾ ਧਰਮੀ ਵਗਸੇਤ ਡਰਦਾ ਉਹ ਐ ਜਿਹੜਾ ਪਾਪ ਕਰੇਗਾ ਉਹ ਤੇ ਡਰੇਗਾ ਡਰੇਗਾ ਧਰਮੀ ਬੰਦੇ ਨੂੰ ਡਰ ਕਰਦਾ ਧਰਮੀ ਬੰਦਾ ਜਿੱਥੇ ਵੀ ਚਲਿਆ ਜਾਏ ਉਥੇ ਉਥੇ ਵੀ ਬੇਪਰਵਾਹੀ ਦੇ ਨਾਲ ਵਿਚਰਦਾ ਹੈ ਕਰਕੇ ਸਤਿਗੁਰੂ ਸਾਹਿਬ ਜੀ ਕਿੰਨੇ ਪਾਈ ਗੁਰੂ ਪਰਮਾਤਮਾ ਦੀ ਮੂਰਤ ਹੈ ਗੁਰੂ ਦੇ ਦਰ ਤੇ ਤੁਸੀਂ ਆਓਗੇ ਅੰਮ੍ਰਿਤ ਵਚਨ ਸੁਣਾਵੇ ਗੁਰੂ ਜੋ ਵਚਨ ਸੁਣਾਏਗਾ ਨਾ ਉਹ ਅੰਮ੍ਰਿਤ ਵਰਗੇ ਹੋਣਗੇ ਉਹ ਤੁਹਾਡੇ ਰਸ ਵਿੱਚ ਕੰਨਾਂ ਵਿੱਚ ਰਸ ਕੋਲ ਦੇਣਗੇ ਗੁਰੂ ਕੀ ਪਵਿੱਤਰ ਸ਼ਖਸ਼ੀਅਤ ਜਿਹੜੀ ਉਹ ਅੰਮ੍ਰਿਤ ਦੇ ਨਾਲ ਭਰਪੂਰ ਹੈ ਗੁਰੂ ਰਾਮਦਾਸ ਜੀ ਦੇ ਪਾਵਨ ਵਚਨ ਰੋਜ਼ ਆਸਾ ਕੀ ਵਾਰ ਸੁਣਦੇ ਆ ਗੁਰ ਅੰਮ੍ਰਿਤ ਪਿੰਨੀ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨ੍ਹਾਂ ਗੁਰ ਬਾਣੀ ਮਨ ਪਾਈਆ ਅੰਮ੍ਰਿਤ ਛੱਕ ਛੱਕੇ ਗੁਰਤ ਉੱਠੇ ਹਰ ਪਾਇਆ ਚੁੱਕੇ ਤੱਕ ਤੱਕੇ ਹਰ ਜਨ ਹਰਰ ਹੋਇਆ ਨਾਨਕ ਕਰਕੇ ਦੇਹਰੀ ਦਾ ਅਰਥ ਹੈ ਸਤਗੁਰ ਜੀ ਦਾ ਸੋਣਾ ਸਰੂਪ ਸੋਹਣੀ ਦੇਹਰੀ ਸ਼ਖਸੀਅਤ ਭਈ ਗੁਰੂ ਦੀ ਜੋ ਸ਼ਖਸੀਅਤ ਹੈ ਨਾ ਉਹ ਅੰਮ੍ਰਿਤ ਦੇ ਨਾਲ ਭਰੀ ਪਈ ਹੈ ਗੁਰ ਅੰਮ੍ਰਿਤ ਪਿੰਨੀ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿਹੜਾ ਗੁਰੂ ਦੇ ਦਰ ਤੇ ਆਉਂਦਾ ਹੈ ਗੁਰੂ ਉਹਦੇ ਤੇ ਅੰਮ੍ਰਿਤ ਤਰੋਂਕਦਾ ਹੈ ਅੰਮ੍ਰਿਤ ਦੀ ਵਰਖਾ ਕਰਦਾ ਹੈ ਬਰਖਦਾ ਹੈ ਅੰਮ੍ਰਿਤ ਹੁਣ ਉਹ ਅੰਮ੍ਰਿਤ ਨੂੰ ਮੰਨਾਂਗੇ ਅਸੀਂ ਉਦੋਂ ਜਦੋਂ ਸਾਨੂੰ ਗੁਰੂ ਕੀ ਬਚਨ ਮਿੱਠੇ ਲੱਗਣਗੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਦੀ ਅੰਮ੍ਰਿਤ ਛਕ ਛਕੇ ਉਹ ਅੰਮ੍ਰਿਤ ਨੂੰ ਛਕ ਲੈਂਦੇ ਨੇ ਉਹ ਅੰਮ੍ਰਿਤ ਦਾ ਆਨੰਦ ਮਾਣਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਦੀ ਹੈ ਗੁਰੂ ਉਹਨਾਂ ਤੇ ਤਰੁਠਦਾ ਹੈ ਉਹਨਾਂ ਦੀ ਜ਼ਿੰਦਗੀ ਚੋਂ ਜਮਾਂ ਦੇ ਤੱਕੇ ਮੁੱਕ ਜਾਂਦੇ ਨੇ ਇਸ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਕਿੰਨੇ ਭਾਈ ਗੁਰੂ ਕੋ ਢਾਓ ਸਤਗੁਰ ਦਿਓ ਪ੍ਰਤਖ ਹਰ ਮੂਰਤ ਗੁਰੂ ਪ੍ਰਤਖ ਪਰਮਾਤਮਾ ਦਾ ਸਰੂਪ ਹੈ ਜੋ ਅੰਮ੍ਰਿਤ ਬਚਨ ਸੁਣਾਵੇ ਜਿਵੇਂ ਪਰਮਾਤਮਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੋਈ ਹੈ ਨਾ ਜੀਉਂਦੇ ਰਹਿਣ ਲਈ ਇਹ ਧਰਤੀ ਜਿਉਂਦੇ ਰਹਿਣ ਲਈ ਖਾਣ ਪੀਣ ਦੇ ਪਦਾਰਥ ਜਿਉਂਦੇ ਰਹਿਣ ਲਈ ਹਵਾ ਇਹ ਪ੍ਰਮਾਤਮਾ ਨੇ ਦਿੱਤੀ ਹੈ ਪ੍ਰਮਾਤਮਾ ਆਪ ਜਾਗਤ ਜੋਤ ਹੈ ਪ੍ਰਮਾਤਮਾ ਵੀ ਜਿਉਂਦੇ ਰੱਖਣ ਦੇ ਲਈ ਸਾਨੂੰ ਇਹ ਦਾਤਾਂ ਦਿੰਦਾ ਹੈ ਐਵੇਂ ਗੁਰੂ ਕੋਲ ਆਵਾਂਗੇ ਗੁਰੂ ਸਾਨੂੰ ਆਪਣੇ ਦਰ ਤੋਂ ਅੰਮ੍ਰਿਤ ਵਚਨ ਸੁਣਾ ਕੇ ਸਾਡੇ ਅੰਦਰ ਜੀਵਨ ਪੈਦਾ ਕਰੇਗਾ ਸਾਨੂੰ ਸਦਜੀਵਨ ਪ੍ਰਦਾਨ ਕਰ ਦੇਵੇਗਾ ਇਹ ਜ਼ਿੰਦਗੀ ਜੋ ਮਨੁੱਖਾ ਜ਼ਿੰਦਗੀ ਮਿਲੀ ਹੈ ਨਾ ਇਹ ਤੇ ਕੁਝ ਸਮਾਂ ਹੀ ਲਿਆ ਇਹ ਸਥਿਰ ਨਹੀਂ ਰਹਿਣੀ ਇਹ ਤੇ ਇੱਕ ਮੌਕਾ ਹੈ ਤੇ ਇੱਕ ਚਾਂਸ ਹੈ ਤੇ ਇੱਕ ਵਾਰੀ ਹੈ ਕਾਦੇ ਲਈ ਕਿ ਅਸੀਂ ਸਤ ਜੀਵਨ ਨੂੰ ਪ੍ਰਾਪਤ ਹੋ ਸਕੀਏ ਇਸੇ ਤਰੀਕੇ ਨਾਲ ਜਿਵੇਂ ਸਕੂਲ ਵਿੱਚ ਜਾਂਦੇ ਹੈ ਨਾ ਬੱਚਾ ਐਜੂਕੇਟ ਹੋਣ ਲਈ ਜਾਂਦੇ ਉਹਨੇ ساری ਜ਼ਿੰਦਗੀ ਸਕੂਲੇ ਥੋੜੋ ਬੈਠੇ ਰਹਿਣਾ ਉਹ ਸਕੂਲੇ ਐਜੂਕੇਟ ਹੋਣ ਲਈ ਜਾਂਦਾ ਹੈ ਕਿ ਉਹ ਸਿਆਣਾ ਬਣ ਕੇ ਫਿਰ ਸਮਾਜ ਵਿੱਚ ਵਿਚਰੇ ਇਸੇ ਤਰੀਕੇ ਨਾਲ ਇਹ ਜ਼ਿੰਦਗੀ ਸਾਨੂੰ ਮਿਲੀ ਹੈ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜ਼ਿੰਦਗੀ ਮਿਲੀ ਕਿ ਅਸੀਂ ਇਸ ਸਰੀਰ ਵਿੱਚ ਰਹਿ ਕੇ ਗੋਵਿੰਦ ਦਾ ਰੂਪ ਬਣ ਜਾਈਏ ਪ੍ਰਮਾਤਮਾ ਦਾ ਰੂਪ ਬਣ ਜਾਈਏ ਸੱਦ ਜੀਵਨ ਪ੍ਰਾਪਤ ਸਾਨੂੰ ਹੋ ਜਾਏ ਇਹ ਸਰੀਰ ਤਾਂ ਸਦਾ ਨਹੀਂ ਰਹਿਣਾ ਨਾ ਕਦੀ ਕਿਸੇ ਧਰਿਆ ਤੇ ਨਾ ਰਹਿਣੇ ਪਰ ਇਸ ਸਰੀਰ ਵਿੱਚ ਜੋ ਵੀ ਪਦਾਰਥ ਸਾਨੂੰ ਦਿੱਤੇ ਨੇ ਵਾਹਿਗੁਰੂ ਜੀ ਨੇ ਉਹ ਸੱਦ ਜੀਵਨ ਮਾਨਣ ਦੇ ਲਈ ਨਹੀਂ ਇਹ ਗੱਲ ਵੱਖਰੀ ਹੈ ਕਿ ਮਨੁੱਖ ਨੂੰ ਉਹ ਗਿਆਨ ਨਹੀਂ ਹੈ ਤੇ ਮਨੁੱਖ ਨੇ ਕੇਵਲ ਤਾਂ ਕੇਵਲ ਵਿਕਾਰਾਂ ਲਈ ਸਭ ਕੁਝ ਵਰਤਣਾ ਸ਼ੁਰੂ ਕਰਤਾ ਮਨੁੱਖ ਦੇ ਦੁੱਖਾਂ ਦਾ ਕਾਰਨ ਵੀ ਇਹ ਹੈ ਹੋਰ ਕੋਈ ਨਹੀਂ ਹੈ ਕੋਈ ਪਦਾਰਥ ਦੁੱਖਾਂ ਦਾ ਕਾਰਨ ਨਹੀਂ ਹੈ ਕੋਈ ਵਿਅਕਤੀ ਕੋਈ ਵਸਤੂ ਕੋਈ ਥਾਂ ਦੁੱਖਾਂ ਦਾ ਕਾਰਨ ਨਹੀਂ ਹੈ ਦੁੱਖਾਂ ਦਾ ਕਾਰਨ ਮਨੁੱਖ ਦੀ ਸੋਚ ਹੈ ਇਸ ਕਰਕੇ ਗੁਰਬਾਣੀ ਸੋਚ ਬਦਲਦੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਗੁਰੂ ਕੋੜ ਆਓਗੇ ਗੁਰੂ ਅੰਮ੍ਰਿਤ ਵਚਨ ਸੁਣਾਵੈ ਤੁਹਾਨੂੰ ਅੰਮ੍ਰਿਤ ਬਾਣੀ ਸੁਣਾਏਗਾ ਗੁਰੂ ਕੀ ਪਵਿੱਤਰ ਬਾਣੀ ਜਿਹੜੀ ਹੈ ਨਾ ਉਹਦੇ ਵਿੱਚ ਅੰਮ੍ਰਿਤ ਭਰਿਆ ਪਿਆ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਦੇ ਵਿੱਚ ਅੰਮ੍ਰਿਤ ਭਰਿਆ ਹੈ ਉਹਦੀ ਸੰਭਾਲ ਕਰਨੀ ਸਾਰੇ ਦਰਥ ਕੇ ਸੰਭਾਲ ਕਰਨੀ ਆਪਾਂ ਬਾਣੀ ਵਿੱਚ ਅੰਮ੍ਰਿਤ ਹੈ ਜੋ ਗੁਰ ਕਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਤਿਗੁਰ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸਤਾਰੇ ਗੁਰੂ ਪ੍ਰਗਟ ਤੌਰ ਤੇ ਉਸ ਵਿਅਕਤੀ ਦਾ ਪਾਰ ਉਤਾਰਾ ਕਰ ਦਿੰਦਾ ਹੈ ਜਿਹੜਾ ਗੁਰੂ ਕੀ ਪਵਿੱਤਰ ਬਾਣੀ ਨੂੰ ਮੰਨਦਾ ਹੈ ਗੁਰੂ ਕੇ ਬਚਨਾਂ ਨੂੰ ਮੰਨਦਾ ਹੈ ਤੇ ਸਤਿਗੁਰ ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਅਮਰਤ ਵਚਨ ਜਦੋਂ ਸੁਣਾਉਂਦਾ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਸਤਿਗੁਰ ਜੀ ਕਹਿੰਦੇ ਉਹਨਾਂ ਮਨੁੱਖਾਂ ਦੇ ਭਲੇ ਭਾਗ ਨੇ ਵੱਡੇ ਭਾਗ ਨੇ ਜਿਹੜੇ ਗੁਰੂ ਰਾਈ ਹਰ ਚਰਣੀ ਚਿਤ ਲਾਵੇ ਗੁਰੂ ਰਾਹੀ ਜੋੜਨਾ ਵਾਹੀ ਗੁਰੂ ਜੀ ਦੇ ਪਿਆਰ ਚ ਹੈ ਗੁਰੂ ਤੱਕ ਹੀ ਸੀਮਤ ਨਹੀਂ ਰਹਿਣਾ ਕਿ ਅਸੀਂ ਇੱਥੇ ਮੱਥਾ ਟੇਕ ਲਿਆ ਹੁਣ ਆਪਾਂ ਮਹਾਨ ਬਣ ਗਏ ਮਹਾਨ ਤਾਂ ਹਾਂ ਪਰ ਗੁਰੂ ਦੇ ਦਰ ਤੇ ਆ ਕੇ ਆਉਣਾ ਸਫਲ ਸਾਡਾ ਉਦੋਂ ਹੋਏਗਾ ਜਦੋਂ ਅਸੀਂ ਗੁਰੂ ਰਾਹੀ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਗਏ ਗੁਰੂ ਸਾਨੂੰ ਪ੍ਰਮਾਤਮਾ ਦੇ ਪਿਆਰ ਵਿੱਚ ਜੋੜ ਲਿਆ ਹੈ ਗੁਰੂ ਦਰਗੇ ਕਬ ਸੀਟ ਹੈ ਵਿਚੋਲਾ ਹੈ ਵਕੀਲ ਹੈ ਇਸ ਕਰਕੇ 사ਦਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ ਵੱਡੇ ਭਾਗ ਨੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਅੰਦਰ ਗੁਰਸਿੱਖਾਂ ਦੀ ਜਿਹੜੇ ਗੁਰਚਰਣਾ ਨਾਲ ਜੁੜੇ ਬੜੀ ਤਾਰੀਫ਼ ਕੀਤੀ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤਿਆ ਸਭ ਤੋਂ ਵੱਡੇ ਭਾਗ ਨੇ ਉਹਨਾਂ ਦੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਮੁਖਵਾਕ ਦੇ ਰਾਹੀਂ ਜਿੱਥੇ ਸਾਨੂੰ ਇਹ ਗੱਲ ਕਹੀ ਸੀ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਪੌਜਲ ਜਗਤ ਅਤਰਾਏ ਏ ਮੇਰੇ ਭਰਾਵੋ ਗੁਰਸਿੱਖੋ ਵੀਰੋ ਪ੍ਰਮਾਤਮਾ ਦੇ ਨਾਮ ਨਾਲ ਜੁੜੋ ਰੱਬ ਰੱਬ ਕਰਿਆ ਕਰੋ ਜੇ ਰੱਬ ਦੇ ਪਿਆਰ ਵਿੱਚ ਜੁੜ ਜਾਓਗੇ ਵਾਹਿਗੁਰੂ ਤੁਹਾਨੂੰ ਭਉ ਸਾਗਰ ਤੋਂ ਪਾਰ ਕਰ ਦੇਵੇਗਾ ਕੋਈ ਸਮੁੰਦਰ ਦੀਆਂ ਲਹਿਰਾਂ ਤੁਹਾਨੂੰ ਡੋਬ ਨਹੀਂ ਸਕਣਗੀਆਂ ਕੋਈ ਮੋਹ ਮਾਇਆ ਤੁਹਾਡੇ ਉੱਪਰ ਭਾਰੂ ਨਹੀਂ ਹੋ ਸਕੇਗੀ ਕੋਈ ਚਿੰਤਾ ਤੁਹਾਡੇ ਤੇ ਭਾਰੂ ਨਹੀਂ ਹੋ ਸਕੇ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਪਰ ਪ੍ਰਭੂ ਦੇ ਪਿਆਰ ਜੁੜੋਗੇ ਸਵਾਲ ਹੈ ਕਿ ਪ੍ਰਭੂ ਦੇ ਪਿਆਰ ਕਿਵੇਂ ਜੁੜੀਏ ਗੁਰਦੇਵ ਕਹਿੰਦੇ ਸਤਗੁਰ ਹਰ ਹਰ ਨਾਮ ਦਿਰੜਾਵੇ ਗੁਰੂ ਕੋਲ ਆ ਜਾਓ ਗੁਰੂ ਪਰਮਾਤਮਾ ਦਾ ਨਾਮ ਤੁਹਾਡੇ ਅੰਦਰ ਦਿਰੜ ਕਰੇਗਾ ਜਿੰਨੇ ਵੀ ਅਸੀਂ ਸੰਸਾਰ ਦੇ ਪ੍ਰਾਣੀ ਆਏ ਆ ਸਾਰਿਆਂ ਦੇ ਮੱਥੇ ਤੇ ਕਰਮ ਲਿਖਿਆ ਹੋਇਆ ਹੈ ਕੋਈ ਨਾ ਕੋਈ ਕਰਨੇ ਆ ਅਸੀਂ ਤੇ ਪਰਮਾਤਮਾ ਨੇ ਆਪਣੀ ਪਿਆਰਿਆਂ ਦੇ ਮੱਥੇ ਤੇ ਕਰਮ ਲਿਖਿਆ ਹੈ ਕਿ ਉਹ ਲੋਕਾਂ ਨੂੰ ਪਰਮਾਤਮਾ ਦੇ ਪਿਆਰ ਜੋੜ ਦਿੰਨੇ ਗੁਰੂ ਜਿਹੜਾ ਹੈ ਉਹ ਲੋਕਾਂ ਨੂੰ ਪਰਮਾਤਮਾ ਦੇ ਪਿਆਰ ਜੋੜਨ ਦੇ ਲਈ ਆਇਆ ਹੈ ਹਰੀ ਜਨ ਜਿਹੜੇ ਨੇ ਇਸ ਕਾਰਜ 'ਚ ਲੱਗੇ ਹੋਏ ਨੇ ਤੇ ਸਤਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਗੁਰੂ ਨੂੰ ਪੂਜਦੇ ਨੇ ਉਹੀ ਰੱਬ ਨੂੰ ਚੰਗੇ ਲੱਗਦੇ ਨੇ ਗੁਰੂ ਦੀ ਪੂਜਾ ਦਾ ਅਰਥ ਹੈ ਕਿ ਗੁਰੂ ਦੇ ਬਾਣੇ 'ਚ ਚੱਲਦੇ ਨੇ ਗੁਰੂ ਦੀ ਆਗਿਆ ਜਿਹੜੇ ਚੱਲਦੇ ਨੇ ਉਹ ਰੱਬ ਨੂੰ ਪਿਆਰੇ ਲੱਗਦੇ ਨੇ ਇਸ ਕਰਕੇ ਸਾਬ ਕਿਨੇ ਗੁਰੂ ਦੀ ਸੇਵਾ ਕਰੋ ਗੁਰੂ ਦੀ ਪੂਜਾ ਕਰੋ ਪਰਮਾਤਮਾ ਆਪੇ ਤੁਹਾਨੂੰ ਕਿਰਪਾ ਕਰਕੇ ਦੁੱਖਾਂ ਤੋਂ ਬਾਹਰ ਕੱਢ ਲਏਗਾ ਦੁੱਖਾਂ ਤੋਂ ਬਾਹਰ ਅਸੀਂ ਕਿਸੇ ਪੈਸੇ ਨਾਲ ਨਹੀਂ ਨਿਕਲ ਸਕਦੇ ਪੈਸਾ ਲੋੜ ਹੈ ਜ਼ਿੰਦਗੀ ਦੀ ਗੁਜ਼ਾਰਾ ਨੇ ਲੇਕਿਨ ਪੈਸਾ ਸਾਨੂੰ ਦੁੱਖਾਂ ਤੋਂ ਬਾਹਰ ਨਹੀਂ ਕੱਢ ਸਕਦਾ ਜੇ ਪੈਸੇ ਨੇ ਦੁੱਖਾਂ ਤੋਂ ਬਾਹਰ ਖੜਨੇ ਤੇ ਪੈਸੇ ਵਾਲੇ ਤੇ ਦੁਖੀ ਕਦੀ ਨਾ ਹੋਣ ਸਗੋਂ ਆਪਾਂ ਦੇਖਦੇ ਜਿਉਂ ਜੋ ਜ਼ਿਆਦਾ ਵਧੇਰੇ ਸਹੂਲਤਾਂ ਹੁੰਦੀਆਂ ਨੇ ਪਰੇਸ਼ਾਨੀਆਂ ਹੋਰ ਜ਼ਿਆਦਾ ਵੱਧਦੀਆਂ ਚਲੀਆਂ ਜਾਂਦੀਆਂ ਨੇ ਸਰੀਰਕ ਤੌਰ ਤੇ ਵੀ ਆਪਾਂ ਦੇਖਦੇ ਜ਼ਿਆਦਾ ਅਸੀਂ ਰੋਗੀ ਹੋਈ ਚਲੇ ਜਾਂਦੇ ਆ ਦੁੱਖਾਂ ਤੋਂ ਕਿਸੇ ਰਤਬੇ ਨੇ ਵੀ ਨਹੀਂ ਕੱਢਣਾ ਰਤਬੇ ਮੁਬਾਰਕ ਨੇ ਲੇਕਿਨ ਦੁੱਖਾਂ ਤੋਂ ਕਿਸੇ ਰਤਬੇ ਨੇ ਨਹੀਂ ਕੱਢਣਾ ਫਿਰ ਤੇ ਰਤਬਿਆਂ ਵਾਲੇ ਕਦੇ ਦੁਖੀ ਨਾ ਹੋਣ ਦੁੱਖਾਂ ਤੋਂ ਕਿਸੇ ਮਨੁੱਖ ਨੇ ਨਹੀਂ ਕੱਢਣਾ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਬੜੇ ਲੋਕਾਂ ਦੇ ਨਾਲ ਸੰਬੰਧ ਨੇ ਰਿਲੇਸ਼ਨ ਨੇ ਉਹ ਤੇ ਕਦੀ ਦੁਖੀ ਨਾ ਹੋਣ ਲੇਕਿਨ ਦੁਖੀ ਉਹ ਵੀ ਹੁੰਦੇ ਨੇ ਦੁੱਖਾਂ ਤੋਂ ਜਦੋਂ ਵੀ ਨਿਕਲਣਾ ਹੈ ਅਸੀਂ ਆਪ ਨਿਕਲਣਾ ਹੈ ਸਾਡੇ ਅੰਦਰ ਬਲ ਪੈਦਾ ਹੋਣਾ ਹੈ ਉਹ ਬਲ ਕਿੱਥੋਂ ਮਿਲੇਗਾ ਜਿਉਂ-ਜਿਉਂ ਅਸੀਂ ਮਹਾਨ ਪ੍ਰਮਾਤਮਾ ਦੇ ਪਿਆਰ ਜੁੜਾਂਗੇ ਨਾ ਤੇ ਉਦੋਂ ਸਾਡੇ ਅੰਦਰ ਵਿਵੇਕ ਪੈਦਾ ਹੋਏਗਾ ਸਾਡੇ ਅੰਦਰ ਉਹ ਮਨੁਬਲ ਪੈਦਾ ਹੋਏਗਾ ਇਹ ਜਿਵੇਂ ਕੋਈ ਬੰਦਾ ਪਾਣੀ ਚ ਤਰਦਾ ਹੈ ਨਾ ਪਾਣੀ ਉਹਨੂੰ ਡੋਬ ਵੀ ਨਹੀਂ ਸਕਦਾ ਫਿਰ ਸਾਨੂੰ ਇਹਨਾਂ ਦੁੱਖਾਂ ਚ ਤਰਨ ਦੀ ਜਾਂਚ ਆ ਜਾਏਗੀ ਅਸੀਂ ਫਿਰ ਜਿਵੇਂ ਕਮਲ ਪਾਣੀ ਤੋਂ ਉੱਚਾ ਰਹਿੰਦਾ ਹੈ ਨਾ ਇਹਨਾਂ ਦੁੱਖਾਂ ਦੇ ਉੱਪਰ ਉੱਪਰ ਰਵਾਂਗੇ ਇਹ ਦੁੱਖਾਂ ਦਾ ਪਾਣੀ ਸਾਨੂੰ ਅਸਰ ਨਹੀਂ ਕਰੇਗਾ ਸਾਡੇ ਤੇ ਸਾਨੂੰ ਡੋਬ ਨਹੀਂ ਸਕੇਗਾ ਬਾਕੀ ਜਿਹੋ ਜਿਹਾਂ ਜਗਤ ਹੈ ਤੇ ਇਦਾਂ ਹੀ ਰਹਿਣਾ ਇਹਨੂੰ ਅਸੀਂ ਨਹੀਂ ਬਦਲ ਸਕਦੇ ਕਿ ਅਸੀਂ ਅਰਦਾਸ ਕਰਾਂਗੇ ਇਹਨੂੰ ਬਦਲ ਦਿਓ ਅਰਦਾਸ ਕਰਕੇ ਅਸੀਂ ਆਪਣੇ ਆਪ ਨੂੰ ਬਦਲਨੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਸਾਨੂੰ ਵਿਵੇਕ ਮਤ ਦੇਵੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਸਾਨੂੰ ਭਲ ਦੇਵੇ ਜਦੋਂ ਅਸੀਂ ਇਹ ਅਰਦਾਸ ਕਰਾਂਗੇ ਫਿਰ ਆਪਣੇ ਆਪ ਦੁਨੀਆ ਵੀ ਬਦਲਣੀ ਸ਼ੁਰੂ ਹੋ ਜਾਏਗੀ ਬਾਬਾ ਫਰੀਦ ਸਾਹਿਬ ਜੀ ਨੇ ਕਿ ਆਪ ਸਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਦੁਨੀਆ ਨੂੰ ਬਦਲਣ ਦੀ ਬਜਾਏ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਬੰਦਾ ਆਪ ਨਹੀਂ ਬਦਲਣਾ ਚਾਹੁੰਦਾ ਕਹਿੰਦਾ ਦੁਨੀਆ ਬਦਲ ਜਾਏ ਦੁਨੀਆ ਨੂੰ ਬਦਲਣ ਲਈ ਪਹਿਲਾਂ ਆਪਣੇ ਆਪ ਨੂੰ ਬਦਲਣਾ ਪਏਗਾ ਜਦੋਂ ਅਸੀਂ ਗੁਰੂ ਕੋਲ ਆ ਕੇ ਪਰਮਾਤਮਾ ਦੇ ਪਿਆਰ ਜੁੜਾਂਗੇ ਅਸੀਂ ਅੰਦਰੋਂ ਬਦਲਾਂਗੇ ਸਾਡੇ ਅੰਦਰ ਗਿਆਨ ਆਏਗਾ ਵਿਵੇਕ ਆਏਗਾ ਸਾਡੇ ਅੰਦਰ ਬਲ ਆਏਗਾ ਆਪਣੇ ਆਪ ਫਿਰ ਸਾਨੂੰ ਦੁਨੀਆ ਬਦਲਦੀ ਨਜ਼ਰ ਆਏਗੀ ਸਤਿਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ ਹੈ ਕਿ ਭਾਈ ਕੁਝ ਅਗਿਆਨੀ ਅੰਧੇ ਲੋਕ ਕੇਵਲ ਫੁੱਲ ਤੋੜ ਤੋੜ ਕੇ ਸੋਚਦੇ ਕੇਸੀ ਪੂਜਾ ਕਰ ਲਈ ਰੱਬ ਦੀ ਉਹ ਵੀ ਨਿਰਚ ਨਿਰਜੰਤ ਚੀਜ਼ਾਂ ਅੱਗੇ ਜਾ ਕੇ ਭੇਟ ਕਰਕੇ ਨਹੀਂ ਗੁਰੂ ਦੀ ਸੇਵਾ ਕਰੋ ਗੁਰੂ ਦੀ ਸੇਵਾ ਦਾ ਅਰਥ ਹੈ ਕਿ ਗੁਰੂ ਕੀ ਬਾਣੀ ਵਿੱਚ ਚੱਲੋ ਗੁਰੂ ਦੀ ਆਗਿਆ ਵਿੱਚ ਚੱਲੋ ਜੇ ਗੁਰੂ ਦੀ ਆਗਿਆ ਵਿੱਚ ਚੱਲੋਗੇ ਗੁਰੂ ਪਰਮਾਤਮਾ ਦੇ ਪਿਆਰ ਵਿੱਚ ਜੋੜੇਗਾ ਪਰਮਾਤਮਾ ਆਪਣੇ ਆਪ ਤੋਂ ਦੁੱਖਾਂ ਤੋਂ ਬਾਹਰ ਕੱਢ ਲਏਗਾ ਸਤਗੁਰੂ ਜੀ ਮੇਰ ਕਰਨ ਗੁਰੂ ਕੀ ਇਹ ਪਾਵਨ ਪਵਿੱਤਰ ਬਚਨ ਸਾਡੇ ਹਿਰਦਿਆਂ 'ਚ ਵਸਣ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲਚੁਕ ਦੀ ਖਿਮਾ ਬਖਸ਼ ਦੇਣੀ ਜੀਓ ਗੁਰਦੇਵ ਤੁਹਾਨੂੰ ਕਰੋ ਨਾਮਦਾਨ ਸਿੱਖੀ ਸਿਰਕਪੁਰ ਸਾਹਿਬ ਕੇ ਕਿਰਤਾਰਥ ਕਰਨ ਪਿਆਰ ਸਹਿਤ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ